सर मेरी आवाज क्लियर है? अमरजीत सर मेरी आवाज क्लियर है? हाँ जी आ रही मैडम आवाज थोड़ी। हाँ जी ठीक है सर, थैंक यू। सतगुर नानक प्रगटिया, मिटी धुंध जग चानन हुआ, ज्यों कर सूरज निकलिया, तारे छपे अंधेर बलुआ, तारे छपे अंधेर बलुआ। सर्व सांझी वालता दे प्रतीक अते मानवता दे भले नूं वरसाए, पहली पातशाही श्री गुरु नानक देव जी दे नाम ते स्थापित जगत गुरु नानक देव पंजाब स्टेट ओपन यूनिवर्सिटी पटियाला वालों मान योग वाइस चांसलर प्रोफेसर डॉक्टर करणजीत सिंह जी दे रहनुमाई विच करवाई जा रही सत रोजा ऑनलाइन लैक्चर सीरीज गुरु नानक देव जीवन दर्शन ते बाणी विच मैं तुहानू सारिआं नूं निघी जिआं नूं आखदी हाँ। श्री गुरु नानक देव जी ने सिद्धांत अते भाषाई सभ्याचार दे खेतर विच जिहड़ियां लीहां 550 साल पहलां पाईआं हन ਉਹ ਅੱਜ ਵੀ ਮਨੁੱਖਤਾ ਦਾ ਉਵੇਂ ਹੀ ਮਾਰਗਦਰਸ਼ਨ ਕਰ ਰਹੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਉਹਨਾਂ ਦੀ ਬਾਣੀ ਦਾ ਆਕਾਰ ਇਹ ਸਾਬਤ ਕਰਦਾ ਹੈ ਕਿ ਉਹਨਾਂ ਨੇ ਅਧਿਆਤਮਕਤਾ ਦੀ ਵਿਵਿਧਤਾ ਨੂੰ ਸਫਲਤਾ ਸਹਿਤ ਅਤੇ ਸਰਵ ਸਮਿਆਂ ਵਾਸਤੇ ਪ੍ਰਸਤੁਤ ਕਰ ਦਿੱਤਾ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਅਕਾਦਮਿਕ ਦ੍ਰਿਸ਼ਟੀ ਅਤੇ ਹੋਰ ਪੱਖਾਂ ਤੋਂ ਲਾਹਾ ਲੈਣ ਲਈ ਉਹਨਾਂ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਤ ਰੋਜ਼ਾ ਔਨਲਾਈਨ ਲੈਕਚਰ ਸੀਰੀਜ਼ ਕਰਵਾਉਣ ਦਾ ਇੱਕ ਛੋਟਾ ਜਿਹਾ ਉਪਰਾਲਾ ਜਗਤ ਗੁਰੂ ਨਾਨਕ ਦੇ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਕੀਤਾ ਜਾ ਰਿਹਾ ਹੈ। ਕਾਵਿ ਕਲਾ ਦੇ ਮਾਹਿਰ ਅਤੇ ਉੱਘੇ ਵਿਦਵਾਨ ਸਰਦਾਰ ਜਸਵੰਤ ਸਿੰਘ ਜ਼ਫਰ ਜੀ ਦੇ ਮੁੱਖ ਲੈਕਚਰ ਨਾਲ ਸ਼ੁਰੂ ਹੋਏ ਇਸ ਔਨਲਾਈਨ ਲੈਕਚਰ ਸੀਰੀਜ਼ ਦੇ ਚੌਥੇ ਦਿਨ ਅਸੀਂ ਸਮਾਗਮ ਵਿੱਚ ਸ਼ਿਰਕਤ ਕਰ ਰਹੇ ਹਾਂ। ਸਮਾਗਮ ਦੇ ਦੂਜੇ ਵਿਖਿਆਨ ਵਿੱਚ ਡਾਕਟਰ ਅਮਰਜੀਤ ਸਿੰਘ ਜੀ ਗਰੇਵਾਲ ਨੇ ਆਧੁਨਿਕਤਾ ਅਤੇ ਪਰੰਪਰਾ ਦੋਨਾਂ ਨੂੰ ਜੋੜ ਕੇ ਆਪਣੇ ਬਹੁਮੁੱਲ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਤੀਸਰੇ ਵਿਖਿਆਨ ਵਿੱਚ ਡਾਕਟਰ ਤਰਨਜੀਤ ਸਿੰਘ ਜੀ ਉਪ ਕੁਲਪਤੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਨੇ ਇਤਿਹਾਸਕ ਪੱਖ ਤੋਂ ਔਰਤ ਦੀ ਸਥਿਤੀ ਦਾ ਕੰਪੈਰੇਟਿਵ ਅਨਾਲਿਸਿਸ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਔਰਤ ਦੀ ਬਿਹਤਰੀ ਲਈ ਉਠਾਈ ਗਈ ਆਵਾਜ਼ ਅਤੇ ਉਹਨਾਂ ਦੇ ਯੋਗਦਾਨ ਤੇ ਚਾਨਣਾ ਪਾਇਆ। ਅਤੇ ਮੈਂ ਬਹੁਤ ਹੀ ਖੁਸ਼ੀ ਅਤੇ ਮਾਣ ਨਾਲ ਤੁਹਾਡੇ ਸਾਰਿਆਂ ਨਾਲ ਅਜੇ ਸਾਂਝਾ ਕਰਨਾ ਜਾ ਰਹੀ ਹਾਂ ਕਿ ਅੱਜ ਦੇ ਇਸ ਸਮਾਗਮ ਵਿੱਚ ਮੁੱਖ ਵਕਤਾ ਦੇ ਤੌਰ ਤੇ ਸਿੱਖ ਧਰਮ ਦੇ ਖੇਤਰ ਵਿੱਚ ਬਹੁਤ ਵਡੇਰਾ ਅਤੇ ਮੁੱਲਵਾਨ ਖੋਜ ਕਾਰਜ ਕਰਨ ਵਾਲੇ ਚਿੰਤਕ ਡਾਕਟਰ ਬਲਕਾਰ ਸਿੰਘ ਜੀ, ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਅੱਜ ਸਾਡੇ ਨਾਲ ਇਸ ਸਮਾਗਮ ਵਿੱਚ ਜੁੜੇ ਹਨ। ਅੱਜ ਦੇ ਇਸ ਸਮਾਗਮ ਨੂੰ ਵਿਧੀਵਤ ਰੂਪ ਦੇ ਵਿੱਚ ਸ਼ੁਰੂ ਕਰਦਿਆਂ ਸਭ ਤੋਂ ਪਹਿਲਾਂ ਮੈਂ ਸਾਡੀ ਯੂਨੀਵਰਸਿਟੀ ਦੇ ਡਾਇਰੈਕਟਰ ਪਲੈਨਿੰਗ ਐਂਡ ਮੋਨੀਟਰਿੰਗ ਡਾਕਟਰ ਗੁਰਦੀਪ ਸਿੰਘ ਜੀ ਬੱਤਰਾ ਨੂੰ ਸਾਡੇ ਸਾਰਿਆਂ ਨਾਲ ਆਰੰਭਿਕ ਸ਼ਬਦ ਸਾਂਝੇ ਕਰਨ ਲਈ ਸੱਦਾ ਦਿੰਦੀ ਹਾਂ। ਡਾਕਟਰ ਗੁਰਦੀਪ ਸਿੰਘ ਜੀ ਬੱਤਰਾ ਸਰ ਪਲੀਜ਼। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮਾਨਯੋਗ ਵਾਈਸ ਚਾਂਸਲਰ ਪ੍ਰੋਫੈਸਰ ਪਰਮਜੀਤ ਸਿੰਘ, ਡੀਨ ਅਕੈਡਮਿਕ ਮਾਮਲੇ ਪ੍ਰੋਫੈਸਰ ਅਨੀਤਾ ਗਿੱਲ, ਰਜਿਸਟਰਾਰ ਡਾਕਟਰ ਧਰਮ ਸਿੰਘ ਸੰਧੂ, ਅੱਜ ਦੇ ਪ੍ਰਮੁੱਖ ਬੁਲਾਰੇ ਪ੍ਰੋਫੈਸਰ ਬਲਕਾਰ ਸਿੰਘ ਜੀ, ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾਕਟਰ ਲਖਵਿੰਦਰ ਸਿੰਘ ਬੇਦੀ ਉਦਘਾਟਨੀ ਸ਼ਬਦ ਵਕਤਾ, ਡਾਕਟਰ ਅਮਿਤੋਜ ਸਿੰਘ, ਡਾਕਟਰ ਗੁਰਲੀਨ ਆਹਲੂਵਾਲੀਆ ਸਲਾਹਕਾਰ ਕਮੇਟੀ ਦੇ ਮੈਂਬਰ ਸਾਹਿਬਾਨ, ਜਗਤ ਗੁਰੂ ਨਾਨਕ ਦੇ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਸ ਅਤੇ ਸਟਾਫ, ਅਲੱਗ ਅਲੱਗ ਲਰਨਰ ਸਪੋਰਟਸ ਸੈਂਟਰਸ ਦੇ ਵੱਖ ਵੱਖ ਕਾਲਜਾਂ ਦੇ ਫੈਕਲਟੀ ਮੈਂਬਰਸ, ਪ੍ਰਿੰਸੀਪਲਸ ਅਤੇ ਸਟਾਫ ਮੈਂਬਰਸ, ਮੈਂ ਆਪ ਸਭ ਦਾ ਜਗਤ ਗੁਰੂ ਨਾਨਕ ਦੇ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਤਹਿ ਦਿਲੋਂ ਸਵਾਗਤ ਕਰਦਾ ਹਾਂ, ਜੀ ਆਇਆਂ ਕਹਿੰਦਾ ਹਾਂ। ਇਹ ਲੈਕਚਰ ਸੀਰੀਜ਼ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਜਿਵੇਂ ਮੈਡਮ ਗੁਰਲੀਨ ਆਹਲੂਵਾਲੀਆ ਨੇ ਦੱਸਿਆ ਕਿ ਅੱਜ ਇਸ ਲੈਕਚਰ ਸੀਰੀਜ਼ ਦਾ ਚੌਥਾ ਦਿਨ ਹੈ ਤੇ ਇਸ ਲੈਕਚਰ ਦੇ ਪ੍ਰਮੁੱਖ ਵਕਤਾ ਪ੍ਰੋਫੈਸਰ ਬਲਕਾਰ ਸਿੰਘ ਜੀ ਹਨ, ਜੋ ਕਿ ਉੱਘੇ ਸਿੱਖ ਸਕਾਲਰ ਹਨ, ਜਿਹਨਾਂ ਨੇ ਕਿ 1970 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੁਆਇਨ ਕੀਤੀ। ਉਹਨਾਂ ਦਾ ਬਹੁਤ ਸਾਰਾ ਕੰਮ ਸਿੱਖ ਟੈਕਸਟ ਦੇ ਨਾਲ ਸੰਬੰਧਿਤ ਹੈ ਅਤੇ ਪ੍ਰਿੰਸੀਪਲਸ ਆਫ ਸਿੱਖਇਜ਼ਮ ਤੇ ਫੋਕਸਡ ਹੈ। ਪ੍ਰੋਫੈਸਰ ਬਲਕਾਰ ਸਿੰਘ
ਪੰਜਾਬੀ ਯੂਨੀਵਰਸਿਟੀ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਉਹਨਾਂ ਨੇ ਪਬਲੀਕੇਸ਼ਨਸ ਉਹਨਾਂ ਦੀਆਂ ਮੌਜੂਦ ਹਨ, ਉਹਨਾਂ ਨੇ ਬਹੁਤ ਸਾਰੀਆਂ ਰਾਈਟਿੰਗ ਹਨ ਜੋ ਕਿ ਸਾਰਿਆਂ ਦੇ ਲਈ ਪ੍ਰੇਰਣਾ ਦਾ ਸਰੋਤ ਹਨ। ਤੇ ਮੈਂ ਇਸ ਮੌਕੇ ਤੇ ਪ੍ਰੋਫੈਸਰ ਬਲਕਾਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੋ ਕਿ ਉਹਨਾਂ ਨੇ ਇਸ ਲੈਕਚਰ ਸੀਰੀਜ਼ ਦੇ ਲਈ ਸਮਾਂ ਕੱਢਿਆ। ਗੁਰੂ ਨਾਨਕ ਦੇਵ ਜੀ ਦੇ ਸਮੇਂ ਭਾਰਤ ਦੀ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਹਾਲਤ ਬੜੀ ਡਾਵਾਡੋਲ ਸੀ। ਆਪ ਨੇ ਗੂੜੀ ਨੀਂਦ ਵਿੱਚ ਸੁੱਤੇ ਸਮਾਜ ਨੂੰ ਜਗਾ ਕੇ ਉਸਦਾ ਸਹੀ ਮਾਰਗ ਦਰਸ਼ਨ ਕੀਤਾ। ਕਵੀ ਇਕਬਾਲ ਨੇ ਆਪ ਬਾਰੇ ਲਿਖਿਆ ਹੈ, ਫਿਰ ਉੱਠੀ ਤੋਹੀਦ ਕੀ ਆਵਾਜ਼ ਇੱਕ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖਾਬ ਸੇ। ਗੁਰੂ ਜੀ ਨਿਡਰ ਦੇਸ਼ ਭਗਤ ਸਨ। ਆਪਨੇ ਬਾਬਰ ਨੂੰ ਜਾਬਰ ਕਿਹਾ ਜਦੋਂ ਉਸਨੇ ਭਾਰਤ ਤੇ ਹਮਲਾ ਕੀਤਾ ਤੇ ਜੋ ਭਾਰਤੀ ਸਮਾਜ ਦੀ ਦੁਰਦਸ਼ਾ ਹੋਈ ਤਾਂ ਉਹਨਾਂ ਨੇ ਉਸਦੀ ਨਿੰਦਿਆ ਕਰਦਿਆਂ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਅਤੇ ਉਲਾਂਭਾ ਦਿੱਤਾ, ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ। ਗੁਰੂ ਸਾਹਿਬ ਦੀ ਬਾਣੀ ਦਾ ਸਭ ਤੋਂ ਵੱਡਾ ਗੁਣ ਸੰਜਮਮਈ ਹੋਣਾ ਹੈ। ਜਪਜੀ ਸਾਹਿਬ ਦੀ ਬਾਣੀ ਇਤਨੀ ਸੰਜਮਮਈ ਹੈ ਕਿ ਜਿਵੇਂ ਕੁਝੇ ਵੀ ਸਮੁੰਦਰ ਬੰਦ ਪਿਆ ਹੋਵੇ। ਗੁਰੂ ਨਾਨਕ ਦੇਵ ਜੀ ਜਿੱਥੇ ਇੱਕ ਮਹਾਨ ਧਾਰਮਿਕ ਆਗੂ ਸਨ, ਉੱਥੇ ਇੱਕ ਚੰਗੇ ਸਮਾਜ ਸੁਧਾਰਕ ਵੀ ਸਨ। ਆਪ ਦੀ ਬਾਣੀ ਆਪਣੇ ਸਮੇਂ ਦੀ ਮੂੰਹ ਬੋਲਦੀ ਤਸਵੀਰ ਹੈ। ਆਪ ਦੀ ਬਾਣੀ ਸੱਚ ਦਾ ਮਾਰਗ ਦਰਸ਼ਨ ਕਰਦੀ ਹੈ ਅਤੇ ਭਗਤੀ ਵੱਲ ਪ੍ਰੇਰਿਤ ਕਰਦੀ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਤਿਆਗ ਕੇ ਸ਼ਾਂਤਮਈ ਜੀਵਨ ਜਿਉਣ ਦੀ ਪ੍ਰੇਰਣਾ ਦਿੰਦੀ ਹੈ। ਅੰਤ ਵਿੱਚ ਮੈਂ ਆਪ ਸਭ ਨੂੰ ਇੱਕ ਵਾਰੀ ਫਿਰ ਇਸ ਪਾਵਨ ਪੁਰਬ ਦੇ ਮੌਕੇ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਆਪ ਦਾ ਧੰਨਵਾਦ ਕਰਦਾ ਹਾਂ। ਮੈਡਮ ਗੁਰਲੀਨ ਆਹਲੂਵਾਲੀਆ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਣ। ਥੈਂਕ ਯੂ। ਇਹ ਸਨ ਡਾਕਟਰ ਗੁਰਦੀਪ ਸਿੰਘ ਜੀ ਬਤਰਾ, ਜਿਨ੍ਹਾਂ ਨੇ ਸਵਾਗਤੀ ਸ਼ਬਦ ਸਾਡੇ ਨਾਲ ਸਾਂਝੇ ਕੀਤੇ। ਹੁਣ ਮੈਂ ਅੱਜ ਦੇ ਸਮਾਗਮ ਨੂੰ ਅਗਲੇ ਹਿੱਸੇ ਵਿੱਚ ਉਦਘਾਟਨੀ ਸ਼ਬਦ ਸਾਂਝੇ ਕਰਨ ਲਈ ਡਾਕਟਰ ਲਖਵਿੰਦਰ ਸਿੰਘ ਜੀ ਬੇਦੀ, ਕੰਟਰੋਲਰ ਐਗਜ਼ਾਮੀਨੇਸ਼ਨ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਜੀ ਨੂੰ ਮੰਚ ਤੇ ਆਉਣ ਦਾ ਸੱਦਾ ਦਿੰਦੀ ਹਾਂ। ਸਰ ਪਲੀਜ਼। ਸਰ ਪਲੀਜ਼ ਆਪਣੇ ਆਪ ਨੂੰ ਅਨਮਿਊਟ ਕਰ ਲਓ ਡਾਕਟਰ ਲਖਵਿੰਦਰ ਸਰ। ਥੈਂਕ ਯੂ ਸਰ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੌਰਾਨ ਸਥਾਪਿਤ ਕੀਤੀ ਗਈ, ਜਿਸਦਾ ਮੂਲ ਮਨੋਰਥ ਗੁਰੂ ਨਾਨਕ ਸਾਹਿਬ ਦੇ ਪਾਵਨ ਉਪਦੇਸ਼ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਰਉਪਕਾਰ ਦੀ ਭਾਵਨਾ ਸਹਿਤ ਸੇਵਾ ਰਾਹੀਂ ਪਹੁੰਚਾਉਣਾ ਹੈ। ਇਸ ਮਨੋਰਥ ਦੀ ਪੂਰਤੀ ਹਿੱਤ ਸਤਿਕਾਰਯੋਗ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਜੀ ਦੀ ਰਹਿਨੁਮਾਈ ਵਿੱਚ ਉਹਨਾਂ ਦੇ ਖਾਸ ਯਤਨਾਂ ਨਾਲ ਯੂਨੀਵਰਸਿਟੀ ਆਪਣੇ ਵਿਜਨ ਤੇ ਮਿਸ਼ਨ ਦੇ ਕਾਰਜ ਵੱਲ ਨੂੰ ਤੇਜ਼ੀ ਨਾਲ ਵੱਧ ਰਹੀ ਹੈ। ਗੁਰੂ ਸਾਹਿਬ ਨੇ ਮਨੁੱਖਤਾ ਨੂੰ ਸੌੜੀ ਸੋਚ, ਅੰਧ ਵਿਸ਼ਵਾਸਾਂ, ਕੱਟੜਪੰਥੀ ਅਭਿਆਸਾਂ, ਅਗਿਆਨਤਾ ਅਤੇ ਪੱਖਪਾਤੀ ਪਹੁੰਚ ਤੋਂ ਆਜ਼ਾਦ ਕਰਾਉਣ ਹਿੱਤ ਕਈ ਕਾਰਜ ਕੀਤੇ। ਗੁਰੂ ਸਾਹਿਬ ਦੀਆਂ ਡੂੰਘੀਆਂ ਦਾਰਸ਼ਨਿਕ ਸੋਚਾਂ ਦੀ ਵਿਲੱਖਣਤਾ ਨੇ ਇੱਕ ਨਵੇਂ ਧਰਮ, ਸਿੱਖ ਧਰਮ ਨੂੰ ਜਨਮ ਦਿੱਤਾ ਜੋ ਬਰਾਬਰੀ, ਆਜ਼ਾਦੀ, ਨਿਆਂ, ਨੈਤਿਕਤਾ ਉੱਪਰ ਆਧਾਰਿਤ ਸੀ। ਅਜੋਕੇ ਦੌਰ ਦੇ ਚੱਲਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੀ ਸਾਰਥਕਤਾ ਨੂੰ ਮੁੜ ਵਿਚਾਰਨ ਅਤੇ ਨਵੀਂ ਪੀੜ੍ਹੀ ਨੂੰ ਉਹਨਾਂ ਦੀ ਵਿਚਾਰਧਾਰਾ ਨਾਲ ਜੋੜਨ ਲਈ ਅਜਿਹੇ ਸੁਹਿਰ ਯਤਨਾਂ ਦੀ ਲੋੜ ਹੈ ਜੋ ਉਹਨਾਂ ਦੇ ਜੀਵਨ ਸਿਧਾਂਤਾਂ ਨੂੰ ਵਿਵਹਾਰਕ ਰੂਪ ਵਿੱਚ ਅਪਣਾਉਣ ਲਈ ਸਹਾਈ ਹੋ ਸਕਣ। ਇਸ ਸੱਤ ਰੋਜ਼ਾ ਲੈਕਚਰ ਸੀਰੀਜ਼ ਦਾ ਮੁੱਖ ਮੰਤਵ ਵੀ ਗੁਰੂ ਸਾਹਿਬ ਦੀ ਫਿਲਾਸਫੀ ਅਤੇ ਸੋਚ ਨੂੰ ਵਿਚਾਰ ਕਰਨ ਅਤੇ ਨਵੇਕਲੇ ਪੱਖਾਂ ਤੋਂ, ਨਵੇਂ ਪਹਿਲੂਆਂ ਤੋਂ ਦੇਖਣ ਦਾ ਸਮਾਂ ਹੈ। ਇਸ ਉਪਰਾਲੇ ਅਧੀਨ ਅੱਜ ਸਾਡੇ ਵਿਚਕਾਰ ਸਿੱਖ ਜਗਤ ਦੇ ਨਾਮਵਰ ਵਿਦਵਾਨ ਡਾਕਟਰ ਬਲਕਾਰ ਸਿੰਘ ਜੀ ਪ੍ਰਮੁੱਖ ਵਕਤਾ ਦੇ ਤੌਰ ਤੇ ਹਾਜ਼ਰ ਹਨ। ਡਾਕਟਰ ਬਲਕਾਰ ਸਿੰਘ ਜੀ ਨੂੰ ਕਿਸੇ ਵੀ ਫਾਰਮਲ ਇੰਟਰੋਡਕਸ਼ਨ ਦੀ ਲੋੜ ਨਹੀਂ ਹੈ ਕਿਉਂਕਿ ਉਹ ਸਾਰੇ ਸਮਾਜ ਵਿੱਚ ਜੋ ਧਾਰਮਿਕਤਾ ਨਾਲ ਕਿਸੇ ਪੱਖੋਂ ਵੀ ਜੁੜਿਆ ਹੋਇਆ ਹੈ ਚੰਗੀ ਤਰ੍ਹਾਂ ਜਾਣਦੇ ਹਨ। ਮੈਨੂੰ ਇਹ ਦੱਸਣ ਵਿੱਚ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਡਾਕਟਰ ਬਲਕਾਰ ਸਿੰਘ ਜੀ ਸਾਡੀ ਯੂਨੀਵਰਸਿਟੀ ਦੇ ਸਲਾਹਕਾਰ ਤੇ ਡਾਇਰੈਕਟਰ ਪਬਲੀਕੇਸ਼ਨ ਡਾਕਟਰ ਸਰਬਜਿੰਦਰ ਸਿੰਘ ਦੇ ਵਿਦਿਅਕ ਗੁਰੂ ਵੀ ਹਨ। ਡਾਕਟਰ ਬਲਕਾਰ ਸਿੰਘ ਜੀ ਦਾ ਨਾਮ
सिख चिंतन कला विच निगे उगे थियोलॉजियन दे वजों लिया जाता है। थियोलॉजी एक ऐसा विषय है जिहड़ा श्रद्धा ते तर्क का एक संबंध बनाने लई बनिया है और दोनों दे विचकार एक पुल बनाउण दा काम करता है। मैं अज दे इस मौके ते यह दसना भी जरूरी समझना कि आम तौर पर सुन चाया है डॉक्टर बलकार सिंह जी अजिहे विद्वान हैं जिहड़े किसी भी विषय से इको साहब 15 to 20 पन्ने लिखवा देंगे और मैनू बहुत बार सुभाग मिलिया। मैं आप भी इन्हों बहुत बार स्टेजों तो सुनिया और सानू ये बहुत खुशी है कि डॉक्टर साहब अज साढ़े दरम्यान हैं और सानू इस ज्ञान लई प्रवान करनगे। मैं डॉक्टर साहब दीआं सेवावां नू सारियां नू तां शायद दस ही नहीं सकता पर ओ हैड श्री गुरु ग्रंथ साहब स्टडीज डिपार्टमेंट एंड प्रोफेसर एट द सेम टाइम पंजाबी यूनिवर्सिटी पटियाला तों सेवा मुक्त होने तो बाद डायरैक्टर वर्ल्ड पंजाबी सेंटर पंजाबी यूनिवर्सिटी पटियाला विच इस वेले सेवा निभा रहे हैं। मैं अज दे इस मौके ते डॉक्टर बलकार सिंह जी दे ओ शब्द सुन लई बड़ा उत्सुक हाँ जो असी हर वार समझते हाँ कि साडी सोच नू साडे विचार नू एक चंगे पासे वल ले जांदे और गुरु साहब दा जो इन्होंने अज टॉपिक मैनू पता लग्या है सिद्ध गोष्ठी है जो ओ संवाद मैं समझदा कि गुरु साहब ने एक डेमोक्रेटिक आस्पेक्ट नू बहुत प्रमोट करदिया होया एक संवाद किया जिदे ते इक्वलिटी भी नजर आती है ते एक्सप्रेशन ऑफ स्पीच जिहड़ा है उहदा राइट भी नजर आता है और अल्टीमेटली एक लॉजिक जिहड़ा तर्क जिहड़ा वह श्रद्धा दे नाल मिला के गुरु साहब दे उन्हां बचनां नूं अज असीं डॉक्टर बलकार सिंह जी दे मूहों दोबारा तो बहुत ही एक सुचजे ढंग नाल सुनना चाहते हैं। डॉक्टर बलकार सिंह जी नूं अज दे इस मौके ते यूनिवर्सिटी वालों जी आया है। डॉक्टर गुरलीन प्लीज। ਡਾਕਟਰ ਲਖਵਿੰਦਰ ਸਿੰਘ ਜੀ ਬਹੁਤ ਹੀ ਬੇਸਬਰੀ ਨਾਲ ਤੁਸੀਂ ਸਾਰੇ ਜਿਨ੍ਹਾਂ ਦਾ ਇੰਤਜ਼ਾਰ ਕਰ ਰਹੇ ਹੋ ਉਹਨਾਂ ਦੇ ਸ਼ਬਦਾਂ ਨੂੰ ਉਹਨਾਂ ਦੇ ਵਿਚਾਰਾਂ ਨੂੰ ਸੁਣਨ ਦਾ ਸਮਾਂ ਆ ਗਿਆ ਹੈ। ਮੈਂ ਬਹੁਤ ਹੀ ਮਾਣ ਨਾਲ ਤੁਹਾਡੇ ਸਾਰਿਆਂ ਨਾਲ ਇਹ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਡਾਕਟਰ ਬਲਕਾਰ ਸਿੰਘ ਜੀ ਜਿਨ੍ਹਾਂ ਬਾਰੇ ਅਸੀਂ ਕਿਤਾਬਾਂ ਵਿੱਚ ਪੜ੍ਹਿਆ ਕਰਦੇ ਸੀ, ਜਿਨ੍ਹਾਂ ਦੀ ਕਿਤਾਬਾਂ ਨੂੰ ਅਸੀਂ ਪੜ੍ਹਿਆ ਕਰਦੇ ਸੀ, ਜਿਨ੍ਹਾਂ ਬਾਰੇ ਅਸੀਂ ਲੈਕਚਰ ਦੇ ਵਿੱਚ ਸੁਣਿਆ ਕਰਦੇ ਸੀ, ਅੱਜ ਸਾਡੀ ਪੰਜਾਬ ਸਾਡੀ ਯੂਨੀਵਰਸਿਟੀ ਦੇ ਉਪਰਾਲੇ ਦੇ ਸਹਿਤ ਜਿਹੜਾ ਕੋਆਰਡੀਨੇਟਰ ਕੋ ਕੋਆਰਡੀਨੇਟਰ ਵਾਈਸ ਚਾਂਸਲਰ ਸਾਹਿਬ ਅਤੇ ਸਾਰੀ ਟੀਮ ਨੇ ਉਲੀਕਿਆ ਹੈ, ਉਸ ਕਰਕੇ ਸਾਨੂੰ ਸਰ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਹੈ। ਮੈਂ ਸਾਰਿਆਂ ਦੀ ਬਹੁਤ ਧੰਨਵਾਦੀ ਹਾਂ ਅਤੇ ਬਹੁਤ ਹੀ ਅਦਬ ਨਾਲ ਬਹੁਤ ਹੀ ਮਾਣ ਨਾਲ ਮੈਂ ਸਰਦਾਰ ਬਲਕਾਰ ਸਿੰਘ ਜੀ ਡਾਕਟਰ ਬਲਕਾਰ ਸਿੰਘ ਜੀ ਜਿਨ੍ਹਾਂ ਬਾਰੇ ਲਖਵਿੰਦਰ ਸਿੰਘ ਬੇਦੀ ਜੀ ਨੇ ਬਹੁਤ ਡਿਟੇਲ ਵਿੱਚ ਸਾਨੂੰ ਦੱਸਿਆ। ਖੈਰ ਦੱਸਣ ਲਈ ਬਹੁਤ ਕੁਛ ਹੈ ਪਰ ਜੇ ਅਸੀਂ ਸਰ ਬਾਰੇ ਦੱਸਣ ਲੱਗਾਂਗੇ ਤਾਂ ਮੈਨੂੰ ਲੱਗਦਾ ਅਸੀਂ 40 minutes ਸਰ ਬਾਰੇ ਹੀ ਦੱਸਦੇ ਰਹਿ ਜਾਵਾਂਗੇ। ਸਾਨੂੰ ਇਸ ਲਈ ਬਹੁਤ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਸਿਰਫ ਇੱਕ ਲਾਈਨ ਵਿੱਚ ਕਹਾਂਗੀ, ਅਸੀਂ ਚਸ਼ਮਾ ਲੱਭਦੇ ਥੱਕ ਗਏ ਸੀ, ਅੱਜ ਸਾਗਰ ਅਸਾਂ ਦੇ ਘਰ ਆਇਆ। ਮੈਂ ਬਹੁਤ ਮਾਣ ਨਾਲ ਅਦਬ ਨਾਲ ਸਰ ਨੂੰ ਮੰਚ ਤੇ ਸੱਦਾ ਦਿੰਦੀ ਹਾਂ ਤੇ ਇਹ ਮੰਚ ਉਹਨਾਂ ਦੇ ਹਵਾਲੇ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਬੱਤਰਾ ਸਾਹਿਬ ਜਦੋਂ ਸਾਹਮਣੇ ਬੈਠੇ ਨੇ ਤੇ ਮੈਂ ਮੇਰੇ ਉਹ ਬੱਚਿਆਂ ਵਰਗੇ ਨੇ ਕਿਉਂਕਿ ਮੈਂ ਉਹਨਾਂ ਦੇ ਪਿਤਾ ਜੀ ਦਾ ਦੋਸਤ ਸੀ, ਮੈਂ ਉਹਨਾਂ ਨਾਲ ਸਰਵਿਸ ਕਰਦਾ ਸੀ ਯੂਨੀਵਰਸਿਟੀ ਵਿੱਚ ਤੇ ਇਹ ਤੇ ਉਦੋਂ ਬੱਚੇ ਸੀਗੇ ਤੇ ਮੈਨੂੰ ਲੱਗਦਾ ਵੀ ਮੈਂ ਜਦੋਂ ਬੱਤਰਾ ਸਾਹਿਬ ਨੂੰ ਬੱਚਾ ਕਹਿ ਰਿਹਾ ਤੇ ਬੇਦੀ ਸਾਹਿਬ ਨੂੰ ਕਹਿਣ ਵਿੱਚ ਕੋਈ ਹਰਜੀ ਨਹੀਂ ਹੈ ਤੇ ਛੋਟੇ ਨੇ ਇਹਦੇ ਨਾਲੋਂ ਤੇ ਗੁਰਲੀਨ ਨੇ ਜਿਵੇਂ ਗੱਲ ਕੀਤੀ ਹੈ ਅਸਲ 'ਚ ਹੁੰਦਾ ਹੈ ਕਿ ਐਕਸਪੈਕਟੇਸ਼ਨ ਜਿਹੜੀਆਂ ਨੇ ਉਹ ਕਈ ਵਾਰ ਨੇੜਲੇ ਵਧਾ ਲੈਂਦੇ ਨੇ। ਸਰਬਜਿੰਦਰ ਥੋੜ੍ਹਾ ਜਿਹਾ ਸ਼ਰਾਰਤੀ ਵੀ ਹੈ, ਥੋੜ੍ਹਾ ਜਿਹਾ ਮਤਲਬ ਕੁੰਬਾ ਪਰਵਰ ਵੀ ਹੈ ਵੀ ਉਹਨਾਂ ਨੇ ਮਤਲਬ ਕਈ ਵਾਰ ਉਹ ਲੋੜਾਂ ਵੱਧ ਕਹਿੰਦੇ, ਪਰ ਐਨੀ ਹਾਓ ਇੱਕ ਖੇਤਰ ਵਿੱਚ ਖਲੋਣ ਦਾ ਇਹ ਫਾਇਦਾ ਹੁੰਦਾ ਕਿ ਕੁਝ ਗੱਲਾਂ ਯਾਦ ਰਹਿ ਜਾਂਦੀਆਂ ਨੇ ਤੁਰਦਿਆਂ ਫਿਰਦਿਆਂ ਤੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਨੇ ਕਰੀਆਂ। ਅਸਲ ਵਿੱਚ ਗੱਲ ਆਪਾਂ ਇੱਥੋਂ ਸ਼ੁਰੂ ਕਰਨੀ ਚਾਹੀਦੀ ਹੈ ਜਿਵੇਂ ਮਤਲਬ ਬੇਦੀ ਸਾਹਿਬ ਦੱਸ ਰਹੇ ਸੀ ਤੇ ਮਤਲਬ ਡਾਇਲੌਗ ਦਾ ਯੁੱਗ ਜਿਹੜਾ ਹੈ ਉਹ
ਮਤਲਬ ਕਰਦੇ ਹਾਂ ਅਸੀਂ ਬੜੀ ਦੇਰ ਤੋਂ ਇਹ ਗੱਲਾਂ ਚੱਲ ਰਹੀਆਂ ਨੇ। ਅਸਲ ਵਿੱਚ ਹੁੰਦਾ ਇਹ ਹੈ ਕਿ ਅਸੀਂ ਜਿਹੜਾ ਮਤਲਬ ਮੈਂ ਤੇ ਇੱਕ ਗੱਲ ਜਿਹੜੀ ਤੁਹਾਡੇ ਨਾਲ ਜਿੱਥੋਂ ਸ਼ੁਰੂ ਕਰਨਾ ਚਾਹੁੰਦਾ ਜਿਹੜੀ ਗੱਲ ਤੇ ਬੇਸ ਮੈਂ ਆਪਣੀ ਗੱਲ ਖੜੀ ਕਰਨਾ ਚਾਹੁੰਦਾ ਉਹ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜੀਆਂ ਗੱਲਾਂ ਨਵੀਆਂ ਕੀਤੀਆਂ ਯਾਨੀ ਧਰਮ ਦੇ ਖੇਤਰ ਵਿੱਚ ਪਹਿਲ ਕੀਤੀ ਉਹ ਇਹ ਸੀ ਕਿ ਉਸ ਵੇਲੇ ਧਰਮ ਜਿਹੜਾ ਹੈ ਉਹ ਆਮ ਬੰਦੇ ਦਾ ਧਰਮ ਨਹੀਂ ਸੀ, ਖਾਸ ਬੰਦੇ ਦਾ ਧਰਮ ਸੀ, ਤੇ ਉਹਨਾਂ ਨੇ ਆਮ ਬੰਦੇ ਦਾ ਧਰਮ ਜਿਹੜਾ ਸਾਹਮਣੇ ਲਿਆਂਦਾ ਸਿੱਖ ਧਰਮ ਦੇ ਰੂਪ ਵਿੱਚ ਜਿਹੜੀ ਅਸੀਂ ਗੁਰਮਤਿ ਕਹਿੰਦੇ ਹਾਂ। ਦੂਜੀ ਇਹ ਸੀ ਕਿ ਧਰਮ ਨੂੰ ਵਰਤਮਾਨ ਦਾ ਧਰਮ ਬਣਾਉਣਾ, ਕਿਉਂਕਿ ਜਿਹੜਾ ਧਰਮ ਹੈ ਨਾ ਇਹ ਕੋਈ ਜ਼ਰੂਰੀ ਵਰਤਮਾਨ ਦੇ ਵਿੱਚ ਕਦੇ ਵੀ ਨਹੀਂ ਟਿਕਦਾ, ਇਹ ਪਾਸਟ ਦੇ ਆਸਰੇ ਨਾਲ ਤੁਰਦਾ ਹੈ ਤੇ ਫਿਊਚਰ ਦੇ ਆਸਰੇ ਨਾਲ ਆਪਣੀ ਮਤਲਬ ਜਿਹੜੀ ਆ ਕਲਾਇੰਟੇਲ ਬਣਾਉਂਦਾ ਹੈ। ਉਹ ਵਰਤਮਾਨ ਵਿੱਚੋਂ ਜਿਹੜਾ ਧਰਮ ਦੇ ਮੇਰੇ ਮੁਤਾਬਕ ਮਨਫੀ ਰਹਿੰਦਾ ਹੈ, ਹਾਲਾਂਕਿ ਉਹ ਜਦੋਂ ਕਹਿੰਦੇ ਨੇ ਤੇ ਉਹ ਮਾੜਾ ਮੋਟਾ ਇਹੋ ਜਿਹਾ ਆਸਰਾ ਲੈ ਕੇ ਕਹਿੰਦੇ ਨੇ ਜਿਹੜਾ ਕਹਿੰਦੇ। ਹੁਣ ਇਸ ਦੇ ਨਾਲ ਇਹ ਹੋਇਆ ਕਿ ਹੁਣ ਤੇ ਵੈਸੇ ਜਦੋਂ ਅਸੀਂ ਸਾਰੀ ਦੁਨੀਆਂ ਵਿੱਚ ਚਲੇ ਗਏ ਹਾਂ, ਮਲਟੀਕਲਚਰ ਵਿੱਚ ਚਲੇ ਗਏ ਹਾਂ, ਤੇ ਸਾਨੂੰ ਇਹ ਪਤਾ ਲੱਗ ਗਿਆ ਕਿ ਸਿੱਖ ਦੀ ਜਿਹੜੀ ਹੈ ਇੱਜ਼ਤ ਬਹੁਤ ਇਸ ਕਰਕੇ ਹੁੰਦੀ ਹੈ ਕਿ ਉਹ ਕਾਮਾ ਬਹੁਤ ਵਧੀਆ, ਜਿੱਥੇ ਵੀ ਜਾਂਦਾ ਆਪਣਾ ਕੰਮ ਕਰਕੇ ਆਪਣੇ ਇਸੇ ਕਰਕੇ ਸਿੱਖਾਂ 'ਚ ਕੋਈ ਮੰਗਤਾ ਨਹੀਂ ਮਿਲੇਗਾ। ਤੇ ਉਹਨਾਂ ਨੇ ਵਰਕ ਕਲਚਰ ਵੀ ਧਰਮ ਵਿੱਚ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਇੰਟਰੋਡਿਊਸ ਕੀਤਾ। ਇਸ ਕਰਕੇ ਤਿੰਨੇ ਗੱਲਾਂ ਜਿਹੜੀਆਂ ਨੇ ਇਹ ਇਸ ਵੇਲੇ ਵਰਤਮਾਨ ਜਿਹੜਾ ਸਾਡਾ ਸਮਕਾਲ ਹੈ ਨਾ ਇਹਦੇ ਕੇਂਦਰ ਵਿੱਚ ਨੇ। ਵਰਤਮਾਨ ਵਿੱਚ ਇਹ ਤਿੰਨੇ ਗੱਲਾਂ ਕਰਕੇ ਗੁਰੂ ਨਾਨਕ ਦੇਵ ਜੀ ਉਹਨੂੰ ਮੈਂ ਕਿੱਥੇ ਹੋਰ ਹਵਾਲੇ ਨਾਲ ਲੈ ਜਾਵਾਂਗਾ ਵੀ ਉਹਦੀ ਐਕਸਪ੍ਰੈਸ਼ਨ ਕਿੱਥੇ ਕਿੱਥੇ ਹੋਈਆਂ, ਉਹ ਗੱਲ ਜਿਹੜੀ ਹੈ ਪਾਸੇ ਚਲੇ ਜਾਏਗੀ ਕਿਉਂਕਿ ਮੇਰੇ ਸਾਹਮਣੇ ਉਹਨਾਂ ਦਾ ਜੀਵਨ ਦਰਸ਼ਨ ਤੇ ਬਾਣੀ ਹੈ। ਤੇ ਉਹਨਾਂ ਦੇ ਜੀਵਨ ਦਰਸ਼ਨ ਤੇ ਬਾਣੀ ਦੇ ਆਧਾਰ ਤੇ ਮੈਂ ਕਹਿ ਦਾਂ ਕਿ ਇਹ ਜਿਹੜਾ ਸਮਕਾਲ ਹੈ ਸਾਡਾ ਇਹ ਕਨਫਲਿਕਟ ਦਾ ਸਵਾਲ ਹੈਗਾ ਹੈ ਸਮਕਾਲ, ਤੇ ਕਨਫਲਿਕਟ ਦੀ ਜੇ ਰੈਜ਼ੋਲੂਸ਼ਨ ਹੈ ਇਹ ਸਾਡੇ ਵਾਸਤੇ ਸਭ ਤੋਂ ਵੱਡਾ ਚੈਲੰਜ ਹੈ ਵੀ ਅਸੀਂ ਜਿਹੜੀ ਮਤਲਬ ਦੁਬਿਧਾਵਾਂ ਦਾ ਸ਼ਿਕਾਰ ਹੋ ਰਹੇ ਹਾਂ ਉਹਦੇ 'ਚੋਂ ਮੁਕਤ ਹੋ ਕੇ ਵਿਚਰਨਾ ਕਿਵੇਂ ਹੈ। ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਜਿਹੜੀ ਹੈ ਸਾਹਮਣੇ ਲਿਆਂਦੀ। ਬਾਣੀ ਦੇ ਵਿੱਚ ਜਾਈਏ ਤੇ ਬਾਣੀ ਵਿੱਚ ਤੁਹਾਨੂੰ ਇਹ ਗੱਲਾਂ ਲੱਭ ਜਾਣਗੀਆਂ ਕਿ ਬ੍ਰੇਨ ਤੇ ਜਿਹੜੀ ਹੈਗੀ ਹੈ ਵਿਜ਼ਡਮ ਇਹ ਬੰਦੇ ਦੇ ਵਿੱਚ ਹੀ ਹੁੰਦੀਆਂ ਨੇ, ਇਹ ਬਾਹਰੋਂ ਨਹੀਂ ਆਉਂਦੀਆਂ, ਪਰ ਇਹ ਬੰਦੇ ਹਰ ਬੰਦੇ ਦੇ ਵਿੱਚ ਬ੍ਰੇਨ ਤੇ ਵਿਜ਼ਡਮ ਜਿਹੜੀ ਹੈ ਇਹ ਕਨਫਲਿਕਟ ਵਿਜ਼ਡਮ ਸੋਝੀ ਹੈ ਸਮਝ ਹੈ ਜਿਹੜੀ ਮਤਲਬ ਇਹ ਇਹ ਦੋਨੇ ਡਾਕਟਰ ਸਾਹਿਬ ਆਪਣੇ ਆਪ ਨੂੰ ਅਨਮਿਊਟ ਕਰਿਓ। ਅਨਮਿਊਟ ਤੇ ਹੋ ਗਿਆ, ਹੁਣ ਠੀਕ ਹੈ, ਆ ਗਈ ਆਵਾਜ਼? ਹਾਂਜੀ ਹਾਂਜੀ ਆ ਰਹੀ ਜੀ ਆ ਰਹੀ। ਚਲੋ ਮੈਂ ਜਿਹੜੀ ਗੱਲ ਕਰ ਰਿਹਾ ਸੀ ਉਹ ਇਹ ਸੀ ਵੀ ਇਹ ਤੇ ਸਾਰਾ ਠੀਕ ਸੀ ਸਾਨੂੰ ਵੀ ਆਤਮਾ ਮਨ ਅਤੇ ਆਤਮਾ ਵਿੱਚ ਮਨ ਅਤੇ ਆਤਮ ਵਿੱਚ ਜਿਹੜਾ ਕਨਫਲਿਕਟ ਹੈ ਉਹਨੂੰ ਰਿਜ਼ੋਲਵ ਕਰਨ ਦਾ ਨਾਮ ਧਰਮ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੱਸਿਆ, ਪਰ ਉਸ ਤੋਂ ਪਹਿਲਾਂ ਹਿੰਦੂਇਜ਼ਮ ਵਿੱਚ ਇਹ ਪ੍ਰਾਪਤ ਸੀ ਤੇ ਉਹ ਜਦ ਮਤਲਬ ਹੈਗਾ ਰਜੋ ਤਮੋ ਸਤੋ, ਤੇ ਉਹਦੇ ਵਿੱਚ ਸੱਤ ਜਿਹੜਾ ਉਹ ਸੈਂਟਰ 'ਚ ਹੁੰਦਾ, ਰਾਜ ਤੇ ਤਮ ਜਿਹੜਾ ਉਹ ਤੱਕੜੀ ਦੇ ਦੋ ਸ਼ਾਬਿਆਂ ਵਰਗਾ ਹੁੰਦਾ, ਉਹ ਫਿਰ ਤੋਲਦੇ ਰਹਿੰਦੇ ਨੇ, ਕਦੇ ਇੱਕ ਨੀਵਾਂ ਹੋ ਜਾਂਦਾ ਕਦੇ ਦੂਜਾ ਨੀਵਾਂ ਹੋ ਜਾਂਦਾ, ਤੇ ਉਹ ਸੱਤ ਜਿਹੜਾ ਉਹਦੀ ਪ੍ਰੋਬਲਮ ਜਿਹੜੀ ਹੈ ਉਹ ਧਰਮ ਦੇ ਰਾਹੀਂ ਹੱਲ ਹੁੰਦੀ ਰਹਿੰਦੀ ਹੈ। ਚੱਲ ਇਹ ਗੱਲ 'ਚ ਨਹੀਂ ਆਪਾਂ ਜਾਂਦੇ ਕਿਉਂਕਿ ਆਪਾਂ ਇਹਨੂੰ ਗੱਲ ਜਿਹੜੀ ਹੈ ਨੇੜੇ ਲਿਆਉਣਾ ਚਾਹੁੰਦੇ ਹਾਂ, ਤੇ ਉਹਦੇ ਵਿੱਚ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਸੀਗਾ ਕਿ ਜਿਹੜਾ ਹੈਗਾ ਕਨਫਲਿਕਟ ਹੈ, ਕਨਫਲਿਕਟ ਵਿੱਚੋਂ ਨੂੰ ਮਤਲਬ ਰਿਜ਼ੋਲਵ ਕਰਨ ਦਾ ਜਿਹੜਾ ਫਾਰਮੂਲਾ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਅਸੀਂ ਮਤਲਬ ਸੰਵਾਦੀ ਫਾਰਮੂਲਾ ਵੀ ਕਹਿੰਦੇ ਹਾਂ। ਇਹ ਨਹੀਂ ਹੈ ਵੀ ਉਹਨਾਂ ਨੇ ਉਹਨੂੰ ਸਰਮੋਨਾਈਜ਼ ਕਰਤਾ, ਉਹ ਕਰ ਸਕਦੇ ਸੀ, ਉਹ ਸਮਰੱਥ ਸਨ, ਪਰ ਉਹਨਾਂ ਨੇ ਇਹ ਨਹੀਂ ਕੀਤਾ। ਉਹਨਾਂ ਨੇ ਜਿਹੜੀ ਗੱਲ ਉਹ ਆਪ ਮਹਿਸੂਸ ਕਰਦੇ ਸਨ ਉਹਨੂੰ ਬੰਦੇ ਦੀ ਮਾਨਸਿਕਤਾ ਵਿੱਚ ਉਤਾਰਨ ਦੀ ਕੋਸ਼ਿਸ਼ ਕੀਤੀ, ਉਹ ਬੰਦੇ ਦੀ ਮਾਨਸਿਕਤਾ ਹੀ ਘੜਦੇ ਸਨ, ਜਿਹੜੀ ਸ਼ਬਦ ਰਾਹੀਂ ਘੜੀ ਜਾ ਰਹੀ ਸੀ ਉਹ ਸਿੱਖ ਦੀ ਮਾਨਸਿਕਤਾ ਸੀ, ਤੇ ਉਹ ਘੜੀ ਵੀ ਗਈ, ਲੰਬਾ ਸਮਾਂ ਲੱਗਿਆ ਉਹਨੂੰ, ਉਹਦੇ ਵਿੱਚ ਡਿਟੇਲ 'ਚ ਜਾਣ ਦੀ ਮੈਂ ਲੋੜ ਨਹੀਂ ਸਮਝਦਾ ਇਹਨੂੰ ਇਸ ਕਰਕੇ। ਤੇ ਇਹਦੇ ਵਾਸਤੇ ਹੋਇਆ ਕਿ ਬਾਡੀ ਦੇ ਮਾਇੰਡ ਜਿਹੜਾ ਉਹ ਵੀ ਕਨਫਲਿਕਟ ਵਿੱਚ ਰਹਿੰਦੇ ਨੇ,
ਮਤਲਬ ਬਾਲੀ ਰੋਜ਼ਾਨਾ ਅਸੀਂ ਜ਼ਿੰਦਗੀ 'ਚ ਦੇਖਦੇ ਹਾਂ, ਨਿੱਕੀ ਨਿੱਕੀ ਗੱਲਾਂ 'ਚੋਂ ਦੇਖ ਸਕਦੇ ਹਾਂ ਕਿ ਮਤਲਬ ਮਾਂ ਅਤੇ ਪਿਓ ਜਿਹੜਾ ਉਹ ਬੱਚੇ ਨਾਲ ਕਨਫਲਿਕਟ 'ਚ ਰਹਿੰਦਾ। ਕਨਫਲਿਕਟ ਜਿਹੜਾ ਹੈ ਨਾ ਉਹ ਸਾਡੇ ਜ਼ਿੰਦਗੀ ਦਾ ਹਿੱਸਾ ਹੋ ਗਿਆ ਹੈ। ਅਤੇ ਮੈਂ ਕਹਿੰਦਾ ਵੀ ਜਿਹੜਾ ਕਨਫਲਿਕਟ ਦਾ ਮਸੀਹਾ ਹੈ ਉਹ ਗੁਰੂ ਨਾਨਕ ਦੇਵ ਜੀ ਨੇ, ਅਤੇ ਉਹਨਾਂ ਨੇ ਕੀਤਾ ਕੀ ਹੈ, ਉਹਨਾਂ ਨੇ ਤਾਂ ਇੱਥੋਂ ਤੱਕ ਕਨਫਲਿਕਟ ਨੂੰ ਦੂਰ ਲਿਆਂਦਾ ਕਿ ਇਸ ਵੇਲੇ ਜਦੋਂ ਅਸੀਂ ਮਲਟੀਕਲਚਰ 'ਚ ਆ ਗਏ ਹਾਂ, ਜਿਵੇਂ ਮੈਂ ਪਹਿਲਾਂ ਤੁਹਾਨੂੰ ਕਿਹਾ, ਜਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਅੰਤਰਰਾਸ਼ਟਰੀ ਹੋ ਗਏ ਹਾਂ, ਗਲੋਬਲਾਈਜ਼ਡ ਹੋ ਗਏ ਹਾਂ, ਜੋ ਵੀ ਇਹਦੇ ਵਾਸਤੇ ਲਫ਼ਜ਼ ਵਰਤੀਏ, ਉਹਦੇ ਵਿੱਚ ਨਾਨਕ ਚਿੰਤਨ ਜਿਹੜਾ ਨਾ ਉਹ ਧਰਾਤਲ ਮੁਹੱਈਆ ਕਰ ਰਿਹਾ ਇਸ ਯੁੱਗ ਨੂੰ। ਇਸ ਕਰਕੇ ਜਿਹੜਾ ਯੁੱਗ ਹੈ ਜਿਹਨੂੰ ਅਸੀਂ ਕਲਯੁੱਗ ਕਹਿੰਦੇ ਹਾਂ, ਇਹਦੀ ਜਿਹੜੀ ਹੈਗੀ ਹੈ ਮਸਤੀਕ, ਉਹਦੀ ਜਿਹੜੀ ਵਰਤੋਂ ਦੀ ਮਸਤੀਕ ਹੈ, ਉਹ ਗੁਰੂ ਨਾਨਕ ਦੇਵ ਦੀ ਬਾਣੀ ਵਿੱਚ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਈ ਹੈ, ਗੁਰੂ ਨਾਨਕ ਦੇਵ ਦੀ ਬਾਣੀ ਕਲਿਆ ਨਾਮ ਹੀ ਕਹੀਏ। ਅਤੇ ਇਹ ਜਿਹੜਾ ਹੈਗਾ ਨਾ, ਜਿਹੜੀ ਧਰਾਤਲ ਕੀ ਮੁਹੱਈਆ ਕੀਤੀ ਸੀ ਕਿ ਜੀਵਨ ਵਿੱਚ ਸਹਿਜ ਸਥਾਪਿਤ ਕਿਵੇਂ ਕਰਨਾ ਹੈ, ਨਿੱਕੀ ਜਿਹੀ ਗੱਲ ਹੈ, ਹੁਕਮ ਰਜ਼ਾਈ ਚੱਲਣਾ। ਹੁਕਮ ਗਿਵਨ ਹੈ, ਉਹ ਸਾਡੇ ਵੱਸ ਵਿੱਚ ਨਹੀਂ, ਉਹ ਗੁਰੂ ਮਤਲਬ ਸੱਚੇ ਪਾਤਸ਼ਾਹ ਹਜ਼ੂਰ ਦਾ ਆਪਣਾ ਸਿਸਟਮ ਹੈ, ਆਪਣਾ ਪ੍ਰਬੰਧ ਹੈ, ਉਹ ਸਾਨੂੰ ਮੰਨਣਾ ਹੀ ਪੈਂਦਾ ਹੈ, ਭਾਣੇ ਵਾਂਗੂ ਹੀ ਮੰਨਣਾ ਪੈਂਦਾ ਹੈ। ਪਰ ਜਿਹੜੀ ਰਜ਼ਾ ਹੈ, ਜਿਹਦੇ ਵਿੱਚ ਜਿਹੜੀ ਸਾਡੀ ਆਪਣੀ ਚੱਲਣ ਦੀ ਵਿਧੀ ਹੈ, ਉਹ ਤਾਂ ਸਾਡੇ ਹੱਥ ਵਿੱਚ ਹੈ। ਇਸ ਕਰਕੇ ਦੋਹਾਂ ਵਿੱਚ ਸਹਿਜ ਸਥਾਪਿਤ ਕਿਵੇਂ ਕਰਨਾ ਹੈ, ਇੱਕ ਮਤਲਬ ਤੁਹਾਨੂੰ, ਕਿਉਂਕਿ ਵਿਦਿਆਰਥੀ ਵੀ ਸੁਣਦੇ ਹੋਣਗੇ, ਟੀਚਰ ਵੀ, ਚਲੋ ਸਾਰੇ ਵੀ, ਉਹਨਾਂ ਨੂੰ ਮੈਂ ਕਹਿੰਦਾ ਕਿ ਲਫ਼ਜ਼ ਜਿਹੜਾ ਸਹਿਜ ਹੈ ਨਾ, ਇਹ ਸਾਡੀ ਟੈਕਨੋਲੋਜੀ ਹੈ। ਅਸੀਂ ਗਿਵਨ ਕਨਫਲਿਕਟ ਵਿੱਚ, ਜਿਹਨੂੰ ਅਸੀਂ ਮਤਲਬ ਜਿੱਥੋਂ ਮੈਂ ਸ਼ੁਰੂ ਕਰ ਰਿਹਾ ਆਪਣੀ ਗੱਲ, ਉਹਦੇ ਵਿੱਚ ਸਹਿਜ ਸਥਾਪਿਤ ਕਰਨ ਦੀ ਜਿਹੜੀ ਹੈ ਮਤਲਬ ਜਿਹੜਾ ਸਿਧਾਂਤ ਹੈ, ਉਹਨੂੰ ਮੈਂ ਗੁਰਮਤਿ ਕਹਿ ਰਿਹਾ। ਅਤੇ ਉਹਨਾਂ ਨੇ ਮੁਹੱਈਆ ਕੀ ਕੀਤਾ, ਇਹਨੂੰ ਸਿੰਥੇਸਾਈਜ਼ਿੰਗ ਮਾਡਲ ਵੀ ਕਹਾਂਗੇ। ਸਿੰਥੇਸਾਈਜ਼ ਕਾਹਦੇ ਵਿੱਚ ਕਰਨਾ ਸੀ, ਤੁਸੀਂ ਜੇ ਤੁਹਾਨੂੰ ਧਿਆਨ 'ਚ ਆਵੇ, ਮੈਂ ਸਿੱਧ ਗੋਸ਼ਬਾਣੀ ਵੱਲ ਤੁਹਾਡਾ ਇਸ਼ਾਰਾ ਕਰਦੇ ਹਾਂ ਕਿ ਉਸ ਵੇਲੇ ਜੋ ਪ੍ਰਾਪਤ ਸੀ ਸਪਿਰਚੁਅਲਿਟੀ ਵਿੱਚ, ਚੱਲਦਾ ਧਰਮ ਦੇ ਨਾਂ 'ਤੇ ਚੱਲਦਾ ਸੀ, ਉਹਨਾਂ ਨੂੰ ਗੁਰੂ ਨਾਨਕ ਨੇ ਇਹ ਕਿਹਾ ਵੀ ਤੁਸੀਂ ਬਹਿ ਕੇ ਸੋਚੋ ਅਤੇ ਵੇਖੋ ਵੀ ਅਸੀਂ ਇਹਦੇ ਵਿੱਚੋਂ ਸਿੰਥੇਸਾਈਜ਼ ਕੀ ਕਰ ਸਕਦੇ ਹਾਂ। ਹੁਣ ਇਸ ਵੇਲੇ ਜਿਹੜਾ ਸਾਡੇ ਸਾਹਮਣੇ ਪ੍ਰੋਬਲਮ ਹੈ ਉਹ ਕਿ ਈਸਟ ਵੈਸਟ 'ਚ ਕਨਫਲਿਕਟ, ਇਕੱਲਾ ਉੱਥੇ ਹੀ ਨਹੀਂ, ਇਹ ਤਾਂ ਮਤਲਬ ਹੈ ਇਸ ਵੇਲੇ ਤਾਂ ਧਰਮ ਅਤੇ ਸਿਆਸਤ ਵਿੱਚ ਕਨਫਲਿਕਟ ਹੈ, ਉਹਨੂੰ ਵੀ ਮਤਲਬ ਉਹਦੇ ਵਿੱਚ ਵੀ ਸਿੰਥੇਸਾਈਜ਼ ਕਰਨਾ ਹੈ। ਛੱਡ ਕੇ ਕਿਸੇ ਨੂੰ ਤੁਰ ਨਹੀਂ ਸਕਦਾ, ਨਾ ਹੀ ਸਿਆਸਤ ਛੱਡ ਸਕਦੇ ਹਾਂ, ਨਾ ਅਸੀਂ ਮਤਲਬ ਧਰਮ ਛੱਡ ਸਕਦੇ ਹਾਂ, ਪਰ ਉਹਨਾਂ ਦੋਨਾਂ ਨੂੰ ਨਾਲ ਲੈ ਕੇ ਤੁਰਨ ਲੱਗਿਆਂ, ਇਕੱਲੇ ਇਕੱਲੇ ਦੇ ਢਹਿ ਚੜੇ ਰਵਾਂਗੇ ਅਤੇ ਉਹ ਹਾਲ ਹੋ ਜਾਏਗਾ ਕਿ ਮਤਲਬ ਅਸੀਂ ਔਲਾਰ ਹੋ ਜਾਵਾਂਗੇ ਅਤੇ ਔਲਾਰ ਅਪਰੋਚ ਸਾਹਮਣੇ ਆ ਜਾਏਗੀ। ਅਤੇ ਉਹਨਾਂ ਨੇ ਜਿਹੜਾ ਮਾਡਲ ਦਿੱਤਾ ਉਹ ਸੀ ਕਨਫਲਿਕਟ ਵਿੱਚ ਸਹਿਜ ਸਥਾਪਿਤ ਕਰਨ ਦੀ ਵਿਧੀ, ਇਹ ਸਿੱਖ ਮਾਡਲ ਹੈ, ਗੁਰਮਤਿ ਮਾਡਲ ਹੈ। ਅਤੇ ਗੁਰਮਤਿ ਮਾਡਲ ਨੇ ਇਹਦੇ 'ਚ ਉਸਾਰਿਆ ਜਾ ਸਕਦਾ ਸੀ ਉਹ ਸਮਾਜ, ਕਿਉਂਕਿ ਇਹ ਦੁਨੀਆ ਭਰ ਦੀ ਲੋੜ ਹੈ, ਇਹ ਬੰਦੇ ਦੀ ਵੀ ਲੋੜ ਹੈ, ਸਮਾਜ ਦੀ ਵੀ ਲੋੜ ਹੈ, ਅੱਗੋਂ ਕੌਮਾਂ ਦੀ ਵੀ ਲੋੜ ਹੈ ਅਤੇ ਇਹ ਦੇਸ਼ਾਂ ਦੀ ਵੀ ਲੋੜ ਹੈ। ਇਸ ਕਰਕੇ ਇਹਦੇ ਇਸ ਪਾਸੇ ਧਿਆਨ ਨਾਲ ਮੈਂ ਕਹਿਣਾ ਚਾਹੁੰਦਾ ਸੀ ਵੀ ਜਗਤ ਗੁਰੂ ਬਾਬਾ ਦੇ ਨਾਂ 'ਤੇ ਸ਼ੁਰੂ ਹੋਈ ਕੀਤੀ ਹੋਈ ਯੂਨੀਵਰਸਿਟੀ ਜਿਹੜੀ ਹੈ, ਉਹਨੇ ਜਦੋਂ ਇਹ ਗੱਲ ਸ਼ੁਰੂ ਕੀਤੀ ਆ ਲੈਕਚਰਾਂ ਦੀ, ਤਾਂ ਉਹਦੇ ਵਿੱਚ ਇਹ ਖੂਬਸੂਰਤੀ ਇਹ ਆ ਗਈ ਕਿ ਅਸੀਂ ਦੁਨੀਆ ਨੂੰ ਇਹ ਦੱਸਣ ਵਿੱਚ ਸਫਲ ਹੋ ਜਾਵਾਂਗੇ। ਸਫਲ ਤਾਂ ਦੁਨੀਆ ਵਿੱਚ ਹੋਇਆ ਹੈ, ਜਿਹੜੀ ਸਿੱਖਾਂ ਦੀ ਗਿਣਤੀ ਆ ਉਹਦੀ ਗਿਣਤੀ 2 ਕਰੋੜ 2.5 ਕਰੋੜ ਦੱਸੀ ਜਾਂਦੀ ਹੈ, ਜਿੰਨੀ ਵੀ ਹੈ ਦੱਸੀ ਜਾਂਦੀ ਹੈ, ਇੱਥੇ ਉੱਥੇ ਵਾਲੀ ਲਾ ਕੇ ਜ਼ਿਆਦਾ ਹੋ ਰਹੀਆਂ। ਪਰ ਜਦੋਂ ਗੁਰੂ ਨਾਨਕ ਨਾਮ ਲੇਵਾ ਨੇ ਗੁਰੂ ਨਾਨਕ ਦੀ ਬਰਸੀ ਮਨਾਈ 550, ਤੇ ਉਹ 10 ਕਰੋੜ ਤੋਂ 12 ਕਰੋੜ ਤੱਕ ਹੋ ਗਈ ਸੀ। ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਇੱਕ ਹੋਰ ਨਵੀਂ ਗੱਲ, ਜਿਹਦੇ ਨਾਲ ਕੋਈ ਵੀ ਬੰਦਾ ਈਜ਼ੀਲੀ ਗੁਰੂ ਨਾਨਕ ਦੇ ਨਾਲ ਆ ਸਕਦਾ ਸੀ, ਗੁਰੂ ਨਾਨਕ ਦੇ ਨਾਲ ਤੁਰ ਸਕਦਾ ਸੀ, ਉਹ ਉਹਨੂੰ ਉਹਨੇ ਸਾਹਮਣੇ ਲਿਆਉਂਦਾ। ਮੈਂ ਕਹਿੰਦਾ ਵੀ ਇਹਦੇ 'ਚੋਂ ਜਿਹੜਾ ਨੁਕਤਾ ਮੈਂ ਕੱਢਣਾ ਚਾਹੁੰਦਾ ਇਹ ਹੈ ਕਿ ਨਾਨਕ ਚਿੰਤਨ ਨੂੰ ਜਿਹੜਾ ਇਤਿਹਾਸ ਅਤੇ ਜਿਹੜਾ ਸਿਧਾਂਤ ਹੈ ਇਹਦੇ ਸ਼ਿਕੰਜੇ ਵਿੱਚ ਨਹੀਂ ਕੱਸਣਾ ਚਾਹੀਦਾ। ਹਾਲਾਂਕਿ ਇਹ ਬੜਾ ਔਖਾ ਹੋ ਜਾਏਗਾ, ਉਹ ਕਹਿਣਗੇ ਵੀ ਸਾਰੀ ਉਮਰ ਤਨਖਾਹ ਕਾਹਲੀ ਲੈਂਦੇ ਰਹੇ ਹੋ, ਅਸੀਂ ਮਤਲਬ ਗੁਰੂ ਜਿਹੜਾ ਸਿੱਖ ਸਿਧਾਂਤ ਹੈ ਉਹਦੀ ਤਾਂ ਗੱਲ ਕਰਦੇ ਰਹੇ ਹਾਂ, ਅਸੀਂ ਆਮ ਅਰਜੀ ਤੋਂ ਉਹਨਾਂ ਨੂੰ ਅਸੀਂ ਆਪਣਾ ਫੜਾਲਤਾ ਹੋਇਆ ਸੋਟੀ ਵੀ ਚਲਾ ਤੁਸੀਂ ਹੁਣ ਭੱਜੋ ਜਾਓ ਇੱਧਰ ਲਾ ਕੇ, ਹੋਰ ਵੀ ਤੁਸੀਂ ਵੀ ਲੱਗੇ ਹੋਏ ਆ, ਕੋਈ ਯੂਨੀਵਰਸਿਟੀ ਲੱਗੀ ਹੋਈ ਹੈ, ਜਗਤ ਗੁਰੂ ਬਾਬਾ ਦੇ ਨਾਂ 'ਤੇ ਚੱਲ ਰਹੇ ਹਾਂ। ਪਰ ਇਤਿਹਾਸ ਦੇ ਵਿੱਚ ਬੰਨਾਂਗੇ ਨਾ, ਇਤਿਹਾਸ ਦੀ ਸਮੱਸਿਆ ਕੀ ਹੈ, ਇਤਿਹਾਸ ਦੀ ਸਮੱਸਿਆ ਹੈ ਕਿ ਇਤਿਹਾਸ ਇੱਕ ਸੀਮਾ ਵਿੱਚ ਹੈ ਔਰ ਪਾਸਟ ਦੀ ਗੱਲ ਹੈ, ਉਹ ਉਹਦੇ ਤੋਂ ਸਿੱਖਿਆ ਜਾ ਸਕਦਾ ਬਹੁਤ ਕੁਝ, ਉਹਦੇ 'ਤੇ ਮਤਲਬ ਸੈਂਟ੍ਰਿਕ ਨਹੀਂ ਹੋਇਆ ਜਾ ਸਕਦਾ। ਇਸ ਕਰਕੇ ਉਹਦੇ ਤੋਂ ਮੁਕਤ ਹੋ ਕੇ ਗੁਰੂ ਨਾਨਕ ਨੂੰ ਦੇਖਿਆ ਜਾਣਾ ਚਾਹੀਦਾ। ਅਤੇ ਜਿਹੜਾ ਸਿਧਾਂਤ ਹੈ ਨਾ, ਸਿਧਾਂਤ ਵੀ ਗੁਰੂ ਨਾਨਕ ਦਾ ਓਪਨ ਹੈ, ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਸਾਡਾ ਲੰਗਰ ਓਪਨ ਹੈ, ਜਿਵੇਂ ਸਾਡਾ ਗੁਰਦੁਆਰੇ ਦਾ ਜਿਹੜੀ ਐਂਟਰੀ ਓਪਨ ਹੈ, ਇਵੇਂ ਹੀ ਸਾਡੀ ਮਤਲਬ ਜਿਹੜੀ ਸਾਰੀ ਪਹੁੰਚ ਹੈ ਗੁਰੂ ਨਾਨਕ ਨੇ ਦਿੱਤੀ ਹੋਈ ਸਾਨੂੰ, ਉਹ ਸਾਡੇ ਸਾਰਿਆਂ ਵਾਸਤੇ ਓਪਨ ਹੈ ਔਰ ਇਹਨੂੰ ਸ਼ਿਕੰਜਿਆਂ ਵਿੱਚ ਨਹੀਂ ਕੱਸਣਾ ਚਾਹੀਦਾ।
ਸ਼ਿਕੰਜਿਆਂ ਵਿੱਚ ਕਸਾਂਗੇ ਤੇ ਆਹੀਂ ਆਪਣੀ ਆਪਣੀ ਗੱਲ ਕਹਿ ਸਕਾਂਗੇ। ਉਹ ਸਾਰੀਆਂ ਗੱਲਾਂ ਸੱਚ ਵੀ ਹੋ ਸਕਦੀਆਂ ਨੇ, ਉਹ ਕੋਈ ਝੂਠ ਨਹੀਂ ਹੁੰਦੀਆਂ, ਪਰ ਉਹ ਇੱਕ ਸੀਮਾ ਵਿੱਚ ਰਹਿਣਗੀਆਂ, ਇੱਕ ਇੱਕ ਸੈਗਮੈਂਟ ਵਾਸਤੇ ਸਿਧਤ ਹੋਣਗੀਆਂ, ਉਹਦੇ ਤੋਂ ਬਚਣਾ ਚਾਹੀਦਾ ਹੈ। ਤੇ ਮੁਕਤ ਕਰਕੇ ਦੇਖਿਆ ਕਿਵੇਂ ਜਾ ਸਕਦਾ? ਮੁਕਤ ਕਰਕੇ ਦੇਖਣ ਵਾਸਤੇ ਹੀ ਮੈਂ ਕਹਿ ਰਿਹਾ ਕਿ ਸਹਿਜ ਮਾਡਲ ਦੇਖਿਆ ਜਾ ਸਕਦਾ ਹੈ। ਮੈਂ ਆਪਣੇ ਬੱਚੇ ਨਾਲ, ਮੇਰੇ ਬੱਚੇ ਦਾ ਇੰਟਰਸਟ ਇਹ ਹੈ ਕਿ ਉਹ ਸਕੂਲ ਜਾਣ ਗੋਇੰਗ ਵੇਲੇ ਮੈਨੂੰ ਪਤਾ ਸੀ, ਹੁਣ ਤਾਂ ਉਹ ਸਿਆਣੇ ਹੋ ਗਏ ਨੇ, ਹੁਣ ਤਾਂ ਉਹਨਾਂ ਦਾ ਇੰਟਰਸਟ ਜਿਹੜੇ ਨੇ ਹੋਰ ਤਰ੍ਹਾਂ ਦੇ ਹੋ ਗਏ ਨੇ, ਕਨਫਲਿਕਟ ਵੀ ਹੋਰ ਤਰ੍ਹਾਂ ਦੇ ਹੋ ਗਏ ਨੇ। ਉਦੋਂ ਉਹ ਪੜ੍ਹਨਾ ਨਹੀਂ ਸੀ ਚਾਹੁੰਦੇ, ਮੈਂ ਪੜ੍ਹਾਉਣਾ ਚਾਹੁੰਦਾ ਸੀ। ਹੁਣ ਇਸ ਗੱਲ ਦੀ ਜਿਹੜੀ ਹੈ ਇਹ ਕਨਫਲਿਕਟ ਜਿਹੜਾ ਹੈ, ਇਹ ਤਾਂ ਇਹਦੇ ਵਿੱਚ ਸਹਿਜ ਸਥਾਪਿਤ ਨਹੀਂ ਕਰਾਂਗੇ ਤਾਂ ਮੈਂ ਉਹਦੇ ਚਪੇੜ ਮਾਰਾਂਗਾ, ਅਤੇ ਮੈਂ ਉਹਦੇ ਚਪੇੜ ਮਾਰਾਂਗਾ ਅਤੇ ਉਹ ਦੁਖੀ ਹੋ ਕੇ ਮਤਲਬ ਪਾਸੇ ਜਾਏਗਾ, ਕਿਸੇ ਹੋਰ ਪਾਸੇ ਨੂੰ ਨਿਕਲੇਗਾ, ਅਤੇ ਸਾਡੇ ਵਿੱਚ ਡਾਇਲੋਗ ਟੁੱਟੇਗਾ। ਜਿਹੜਾ ਉਲਾਰ ਹੈ, ਐਂਗਰੀ ਹੋਣਾ ਹੈ, ਮਤਲਬ ਗੁੱਸੇ ਹੋਣਾ ਹੈ, ਇਹ ਮਤਲਬ ਰਿਸ਼ਤਿਆਂ ਵਿੱਚ ਬਹੁਤਾ ਅਲਾਊਡ ਨਹੀਂ ਹੈ। ਇਹਦੇ ਵਿੱਚ ਜਿੰਨਾ ਤੁਸੀਂ ਨਾਰਮਲਾਈਜ਼ ਕਰਕੇ ਦੇਖ ਸਕਦੇ ਹੋ ਓਨਾ ਹੀ ਹੈ। ਹੁਣ ਹੁਣ ਹੈ ਕੀ ਇਸ 'ਤੇ, ਇਹ ਰਾਹ ਜਿਹੜਾ ਹੈ, ਇਹ ਰਾਹ 'ਤੇ ਤੁਰਨ ਦਾ ਨਾਂ ਹੀ ਗੁਰੂ ਮਾਨਿਓ ਗ੍ਰੰਥ ਰੱਖਿਆ ਗਿਆ ਕਿ ਜਿਹੜਾ ਮਤਲਬ ਇਹਦੇ ਰਾਹ 'ਤੇ ਤੁਰਨਾ ਚਾਹੁੰਦਾ ਹੈ ਉਹ ਗੁਰੂ ਮਾਨਿਓ ਗ੍ਰੰਥ ਦੇ ਰਾਹੀਂ ਹੀ ਤੁਰ ਸਕਦਾ ਹੈ ਅਤੇ ਉਸ ਅਗਵਾਈ ਵਿੱਚ ਹੀ ਤੁਰ ਸਕਦਾ ਹੈ। ਅਤੇ ਮੈਂ ਇਹਨੂੰ ਦੇਖਦਾ ਵੀ ਇਹ ਇਸ ਗੱਲ ਜਿਹੜੀ ਹੈ ਨਾ, ਇਹ ਵਸਤ ਤਜੀ ਨਹਿ ਜਾਈ ਨਿਤ ਨਿਕ ਰੱਖ ਰਦਾਰੋ। ਤੁਸੀਂ ਮੰਦਾਵਣੀ 'ਚ ਆਮ ਮਿਲਿਆ, ਮੰਦਾਵਣੀ ਵਿੱਚ ਇਹ ਕੰਕਲੂਡ ਕੀਤਾ ਹੋਇਆ ਕਿ ਤੁਸੀਂ ਕਰਦੇ ਹੋ ਜਾਂ ਨਹੀਂ ਕਰਦੇ, ਇਹ ਤੁਹਾਡੀ ਵੱਖਰੀ ਗੱਲ ਹੈ। ਚੋਇਸ ਜਿਹੜੀ ਹੈ ਨਾ, ਜਿਹੜੀ ਹੈਗੀ ਹੈ, ਹੁਣ ਫਰਜ਼ ਕਰੋ ਵੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਹੈ, ਉਹਦੇ ਵਿੱਚ ਜਿੰਨੀਆਂ ਵਿਧੀਆਂ ਧਰਮ ਦੀਆਂ ਮੁਕਤੀ ਵਾਸਤੇ ਪ੍ਰਾਪਤ ਸਨ, ਸੋਚੇ ਸੋਚਣਾ ਹੋਵੇ, ਜੋ ਲਗਾ ਚੁੱਪੇ ਚੁੱਪਣਾ ਹੋਵੇ, ਜਿਹੜਾ ਨਾ ਇੱਕ ਗਿਆਨ ਮਾਰਗ ਸੀਗਾ, ਕੋਈ ਮਤਲਬ ਆਪਣਾ ਮੌਨ ਰਾਹੀਂ ਨਿਕਲਦੇ ਸੀ ਜਾਂ ਹੋਰ ਵਿਧੀਆਂ ਸੀ, ਉਹ ਚਾਰ ਵਿਧੀਆਂ ਉਹਨਾਂ ਨੇ ਉੱਥੇ ਗਲਾਈਆਂ ਹੋਈਆਂ ਨੇ, ਚਾਰ ਵਿਧੀਆਂ ਜਿਹੜੀਆਂ ਰਿਜੈਕਟ ਕੀਤੀਆਂ ਨੇ। ਅਤੇ ਰਿਜੈਕਟ ਕਰਕੇ ਕੀ ਆ ਕਿ ਹੁਕਮ ਰਾਹੀਂ ਚੱਲਣਾ ਨਾਨਕ ਲਿਖਿਆ ਲਾਲ, ਉਹਦਾ ਜਵਾਬ ਇੰਨਾ ਹੀ ਦਿੱਤਾ ਹੋਇਆ ਵੀ ਭਾਈ ਤੂੰ ਆਪਣੇ ਆਪ ਨਹੀਂ, ਤੇਰੇ ਕੋਲ ਆਪ ਦਿੱਤਾ ਹੈ ਗਿਵਨ ਵਿੱਚ, ਜੋ ਤੇਰੇ ਸਾਹਮਣੇ ਹੈ ਉਹਦੇ ਨਾਲ ਤੁਰਨਾ ਕਿਵੇਂ ਇਹ ਸਿੱਖ। ਮਤਲਬ ਜੇ ਜੇ ਤੁਰ ਜਿਹੜਾ ਸਾਹਮਣੇ ਹੈ ਵਰਤਮਾਨ ਹੈ ਉਹਦੇ ਨਾਲ ਤੁਰਨਾ ਨਹੀਂ ਸਿੱਖਾਂਗੇ ਤੇ ਅਸੀਂ ਕਿਸੇ ਨਾ ਕਿਸੇ ਕਨਫਲਿਕਟ ਵਿੱਚ ਆਉਂਦੇ ਰਹਾਂਗੇ ਤੇ ਉਹਦੇ 'ਚੋਂ ਰਾਹ ਜਿਹੜੇ ਨੇ ਉਹ ਨਿਕਲਦੀ ਥਾਂ 'ਤੇ ਬੰਦ ਹੁੰਦੇ ਰਹਿਣਗੇ। ਇਸ ਗੱਲ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਤੇ ਉਹ ਰਾਹਾਂ 'ਤੇ ਤੁਰਦਿਆਂ ਹੋਇਆਂ ਸਾਨੂੰ ਇਹਦੇ ਵਿੱਚੋਂ ਨਿਕਲਿਆ ਕੀ ਨਿਕਲਿਆ ਇਹ ਕਿ ਸ਼ਬਦ ਗੁਰੂ ਜਿਹੜਾ ਹੈ ਦੈਟ ਇਜ਼ ਦਾ ਓਨਲੀ ਵਨ। ਸ਼ਬਦ ਗੁਰੂ ਕੀ ਹੈ? ਸ਼ਬਦ ਗੁਰੂ ਵਿੱਚੋਂ ਮਾਨਵੀ ਦਖਲ ਮਨਫੀ ਹੈ। ਸ਼ਬਦ ਗੁਰੂ ਦੇ ਬਹੁਤ ਸਾਰੇ ਪਰਤਾਂ ਨੇ, ਸ਼ਬਦ ਗੁਰੂ ਨੂੰ ਬਹੁਤ ਸਾਰੇ ਹਵਾਲਿਆਂ ਨਾਲ ਗੱਲ ਕੀਤੀ ਜਾ ਸਕਦੀ ਹੈ। ਸ਼ਬਦ ਗੁਰੂ ਨੂੰ ਦੁਨੀਆਂ ਭਰ ਦੇ ਜਿਹੜੇ ਰਿਲੀਜੀਅਸ ਇਤਿਹਾਸ ਨੇ ਉਹਨਾਂ ਦੇ ਹਵਾਲੇ ਨਾਲ ਗੱਲ ਕੀਤੀ ਜਾ ਸਕਦੀ ਹੈ, ਪਰ ਉਹਦੇ ਵਿੱਚੋਂ ਜਿਹੜੀ ਅਸਲ ਗੱਲ ਨਿਕਲਦੀ ਆ ਉਹ ਨਿਕਲਦੀ ਹੈ ਕਿ ਉਹਦੇ ਵਿੱਚੋਂ ਮਾਨਵੀ ਦਖਲ ਬੰਦ ਕਿਵੇਂ ਹੈ। ਮੈਂ ਤਾਂ ਮਾਨਵੀ ਦਖਲ ਤਾਂ ਐਵੇਂ ਹੀ ਕਹਿ ਦਿੱਤਾ, ਇਹ ਅਸਲ 'ਚ ਮੈਂ ਫਿਜ਼ੀਕਲ ਦਖਲ ਕਹਿਣਾ ਚਾਹੁੰਦਾ ਸੀ ਕਿ ਫਿਜ਼ੀਕਲ ਦਖਲ ਉਹਦੇ ਵਿੱਚੋਂ ਬੰਦ ਹੈ। ਫਿਜ਼ੀਕਲ ਜਦੋਂ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੱਕ ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਧਰਮ ਫੇਲ ਹੋਣ ਵਾਸਤੇ ਤਿਆਰ ਹੋਵੇ ਨਾ ਹੋਵੇ, ਪਰ ਜਿਹੜੇ ਬੰਦੇ ਦੇ ਹੱਥ ਵਿੱਚ ਆਇਆ ਹੁੰਦਾ ਧਰਮ ਉਹ ਧਰਮ ਨੂੰ ਆਪਣੇ ਜਿੱਦਾਂ ਕਰਕੇ ਫੇਲ ਕਰ ਦਿੰਦਾ ਹੈ। ਇਸੇ ਕਰਕੇ ਅਸੀਂ ਮਤਲਬ ਹੁਣ ਕਹਿ ਰਹੇ ਹਾਂ ਨਾ ਅੱਜ ਕੱਲ੍ਹ ਵੀ ਬੰਦੇ ਨੂੰ ਆਪਣੇ ਜਿੱਦਾਂ ਕਰਨ ਦੇ ਲਾਲਚ ਵਿੱਚ ਕ੍ਰਿਸਚੀਅਨ ਬੈਡ ਵਾਂਗੂ ਲੋਕਾਂ ਦੀਆਂ ਲੱਤਾਂ ਨਹੀਂ ਵੱਢਣੀਆਂ ਚਾਹੀਦੀਆਂ, ਜੋ ਹੈ ਉਹਦੇ ਨਾਲ ਤੁਰਨ ਦੀ ਜਾਚ ਸਿੱਖਣੀ ਚਾਹੀਦੀ ਹੈ। ਅਤੇ ਗੁਰੂ ਨਾਨਕ ਨੇ ਸਾਨੂੰ ਇਹੋ ਹੀ ਸਹਿਜ ਜਿਹੜਾ ਹੈ ਉਹ ਟੈਕਨੋਲੋਜੀ ਦੇ ਤੌਰ 'ਤੇ ਸਾਡੇ ਹੱਥ ਵਿੱਚ ਫੜਾਇਆ ਸੀ। ਹੁਣ ਮੈਂ ਇਹ ਕਹਿੰਦਾ ਕਿ ਉਹ ਨਾਨਕ ਨੂੰ ਹੈ ਕੀ ਹੈ, ਇਹ ਜਗਤ ਗੁਰੂ ਨਾਨਕ ਕਿਵੇਂ ਹੈ? ਜਦੋਂ ਮੈਂ ਕਹਿੰਦਾ ਵੀ ਉਹਨੂੰ ਸ਼ਿਕੰਜਿਆਂ 'ਚ ਨਾ ਕਸੋ, ਤਾਂ ਉਦੋਂ ਮੈਂ ਕਹਿੰਦਾ ਕਿ ਗੁਰੂ ਨਾਨਕ ਨੂੰ ਸ਼ਿਕੰਜਿਆਂ 'ਚ ਕਸਿਆ ਨਹੀਂ ਜਾ ਸਕਦਾ, ਕਿਉਂਕਿ ਜਗਤ ਗੁਰ ਬਾਬਾ ਹੈ। ਤੁਹਾਡੀ ਯੂਨੀਵਰਸਿਟੀ ਦਾ ਨਾਂ ਜਿਹੜਾ ਹੈ ਜਦੋਂ ਰੱਖਿਆ ਗਿਆ ਸੀ ਉਦੋਂ ਇਸੇ ਗੱਲ 'ਤੇ ਡਿਸਕਸ਼ਨ ਚੱਲ ਰਹੀ ਸੀ ਕਿ ਇਸ ਵੇਲੇ ਸਿੱਖਾਂ ਦਾ ਗੁਰੂ, ਦੂਜਿਆਂ ਦਾ ਗੁਰੂ ਤੋਂ ਉੱਤੇ ਇੱਕ ਗੱਲ ਹੈਗੀ ਹੈ ਕਿ ਜਗਤ ਗੁਰੂ ਬਾਬੇ ਦਾ ਇੱਕ ਕਾਨਸੈਪਟ ਸਾਡੇ ਕੋਲ ਪਿਆ ਹੈ ਅਤੇ ਇਹ ਜਗਤ ਗੁਰੂ ਬਾਬੇ ਵਾਲੀ ਗੱਲ ਜਿਹੜੀ ਹੈ ਉਹ ਚੱਲਣੀ ਚਾਹੀਦੀ ਹੈ। ਗੁਰੂ ਤੇਗ ਬਹਾਦਰ ਤੱਕ ਜਾਂਦੇ ਹੋਏ ਅਸੀਂ ਦੇਖ ਲਿਆ ਕਿ ਉਹ ਸਗਲ ਸ੍ਰਿਸ਼ਟ ਪੈ ਢਾਬੀ ਚਾਦਰ ਤੱਕ ਚਲੇ ਗਏ ਸੀ, ਮਤਲਬ ਉਹ ਗੱਲ ਜਿਹੜੀ ਹੈ ਮੈਂ ਉੱਥੇ ਤੱਕ ਚਲਾ ਗਿਆ ਸੀ। ਤੋ ਸਿੱਖ ਧਰਮ ਨੇ ਮੁੱਢ ਤੋਂ ਲੈ ਕੇ ਇਹ ਗੱਲ ਜਿਹੜੀ ਹੈ ਕੀਤੀ, ਔਰ ਇਹਦੇ ਵਿੱਚੋਂ ਇੱਕ ਖੂਬਸੂਰਤ ਪੁਆਇੰਟ ਨਿਕਲਦਾ ਸੀ ਇਹ ਕਿ ਜਿਹੜਾ ਬੰਦਾ ਸਿੱਖ ਨਹੀਂ ਵੀ ਸੀ ਉਹ ਵੀ ਸਿੱਖ ਹੋ ਜਾਂਦਾ ਸੀ ਅਤੇ ਉਹਨੂੰ ਗੁਰੂ ਨਾਨਕ ਗੱਲ ਨਾਲ ਲਾਉਂਦੇ ਸਨ। ਅਤੇ ਇਹ ਗੱਲ ਉਹਨਾਂ ਨੇ ਮਰਦਾਨੇ ਤੋਂ ਸ਼ੁਰੂ ਕਰਤੀ ਸੀ, ਮਰਦਾਨੇ ਨੂੰ ਕਦੇ ਉਹਨਾਂ ਦੇ ਸਿੱਖ ਹੋਣ ਦੀ ਪਾਬੰਦੀ ਨਹੀਂ ਰਹੀ। ਮਰਦਾਨਾ ਉਹਨਾਂ ਦਾ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਵਾਂਗ ਨਿਭਿਆ ਅਤੇ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਦੋਸਤ ਵਾਂਗ ਨਿਭਿਆ। ਜਿਹੜੀ ਇੱਕ ਟਿੱਪਣੀਆਂ ਮਿਲਦੀਆਂ ਨੇ ਉਹ ਟਿੱਪਣੀਆਂ ਜੇ ਅੱਜ ਧਿਆਨ 'ਚ ਰੱਖੀਏ ਤੇ ਬਾਬਾ ਤੂੰ
अकाल पुरख का लोर जी है मैं तेरा ढाली है तो मैं तेरा हूँ अज जो यंग मैन अमरजीत वर्गिया मैं दसा कहना चाहवागा कि अज जो तुम देखते हो तो ये कलो ना ये गल कि भाई गुरु का अकाल का जोड़ा रिश्ता है वह गुरु तो सिख का रिश्ता है जिमें गुरु अकाल है इवें सिख गुरु है जिमें अकाल ने अपने आप को गुरु के स्थापित किया है इवें गुरु ने सिख अकाल सिख अपने आप को स्थापित किया है तो गुरु अंग संघ लफ्ज़ जो है वो निकलिया होया है गुरु अंग संघ साढ़े नाल जो है वह बहुत लिभ रहा है तो वह इस निकलिया है उस हवाले ही मैं कह रहा जी गल मैं कह रहा हूँ इस पास होया कि भाई गुरदास जी ने इस पास मतलब कोशिश की सी उन्होंने तुरन की तो वो बारे तुम हवाला भी आया उन्हें गुरलीन ने दिता सी हवाला कि गुरु नानक जग में बिठाया वाले पहली बार तो असं बहुत सारा लेने हाँ पर गुरु नानक के प्रति जड़ा जी लोड़ है समय तो वह जी लोड़ है तो जिमें भाई गुरदास ने किया पट कविया ने किया भाई वीर सिंह करते रहे हैं पूरन सिंह करते रहे हैं इवें ही अज सू यूनिवर्सिटी के विद्वानों सारे जेडे अकैडमीशियन ने यानी अकैडमिक मॉडल ये है कि जिमें वो लोग बाणी नाल लेके तुरते सन उस तरह असी तुरीए पर साड़ी जबाना जोड़ा है वो शायद सानू उन्नी सोझी उन्ना विश्वास उन्ना पक्कापन ना देता हो इसके बावजूद सानू तुरन लग्या ध्यान रखना चाहिए है कि गुरु नानक नाल तुरन लई इहो ही तरीका है जिमें तुहाडी यूनिवर्सिटी ने लैक्चर लड़ी रख ली सत्त लैक्चर करा ले हुण इह सत्त लैक्चर एक लैक्चर नहीं है ये सत्त बंदे अपना अपना व्यू गुरु नानक बारे अपने अपने एंगल तो दे रहे हैं तो उन्होंने लैंग्वेज तो उन्होंने ईडियम जोड़ा है वो एक कॉमन पॉइंट ये निकलेगा कि गुरु नानक सारिया का गुरु नानक सारे का स्रोत है और स्रोत पॉइंट निकल गए तो यह मैं इस बात को कहना कि यू जी सोच है गुरु नानक जी इनू वरतन की गल जी वह मैं नहीं किसी ने क्वेश्चन करता क्यों वरतता कोई जिम्मे मर्जी वरते कोई गल नहीं पर ये उसारना की है यदा ध्यान रखा जाना चाहिए असं वरतते हाँ पर वरत के उन्होंने अपनी लोड़ दे जिन्ना ही वरतते हैं जिनी कड़ पी है तो उन्ना वरत लेने तो वो उसारते कुछ नहीं पर उसारन की कोशिश जी है वह नहीं करा तो गुरु नानक की थाट को अगे नहीं तुर तोर सकेंगे हूँ ये होना की है असी मतलब जेडे अजक मैं ये गल तो बहुत जोर दे रहा क्योंकि मैंने गल जी बड़ी हांट करती है बड़ी चंकी लगती है कि जो गुरु देह तो गुरु जोत है यदा ध्यान रखना चाहिए ये फर्क करना चाहिए ये कितने कितने कट्ठे होंगे ने ये चलो ये तो अगे जो कन्फलिक्ट है बहुत बुरी तरह पहलों भी होया हुआ सी कि आई दे आई दाऊ के हवाले लोगों ने किया हुआ सी असी आई दाऊ के हवाले बंदे का हल किया हो गुरु देह तो गुरु जोत जी गुरु जोत है ये गुरु दे मेरी दे ते मेरी जोत क्योंकि हर तुम मैं जोत रखी होंगे मेरी जोत है पर मेरी दे ते मेरी जोत जी है वह कन्फलिक्ट ने नहीं है पर गुरु जो गुरु है गुरु अत्व है जरा गुरु शिव गुरु हुड जी है वो ये एक है हूँ कट्ठे ने एक सुर ने इस करके मैं कहना यह चाहना कि ये असी कढ़ना की है वह सानू ध्यान लिया चाहिए भी कि पास असं तुरना चाहते हैं उल्ट लेना की चाहते हैं इस आधार से मैं गल जी पॉइंट पहला नोट तुहाडे सामने लिया है कि जी आधुनिक अंतरदृष्टिया ने यह बड़ी वड्डी प्रॉब्लम है जिहड़ियां नवीं दृष्टिया कह लो इन्हों आधुनिक दृष्टिया कह लो आधुनिकता नाल आ गई ने सारे इधर तो यह ऐ भी कह सकते हैं कि यह पूर्ववाद का पछमवाद है आधुनिकता जी सा पूर्ववाद नहीं है पूर्ववाद ने अडोप्ट कर ली है जिमें साड़िया बहुत सारी गल्ला उन्हें अडोप्ट की अजक असं भी अडोप्ट करी फिरते हैं वो अपने अपने नतीजे कलन की कोशिश करते हैं ये जी हैगी है ना ये बहु परती है इन्हों इनू इको जहा नहीं किया जा सकता क्योंकि जे असी इनू ये जूझ के यदा भी असी रिजोल्व करना है इन्हों के वह विधियां जीडिया देखो ये विधि होंगे ये है कि मैं ये गल सिर्फ उंज अकैडमिशन के ध्यान में ही लिया चाहना कि कई बार जो असी पछम तो सीख्या है वो सपोर्ट में गुरु नानक ले आने पर कोशिश सानू ये करनी चाहिए जो सिख चिंतक ने
कि असी गुरु नानक ने जो कहा है उदा पछम नाल पछम तक किवें पहुंचा जां पछम मुड़ के उत्थे तक किवें आ सकता है ये ध्यान में रखना चाहिए। ये राह बहुत सारी रुकावटा आईया जो उन्होंने बीते दियां लोड़ां कह के देखो पछम ने एक गल तो की ना कि धर्म न हालांकि वह क्रिश्चियनिटी कोई निगेट नहीं करते वो आसरे बहुत खड़ा होया पर धर्म न उन्होंने बीते दियां गल्लां नाल जोड़ के रखिया धर्म न उन्हें इतिहास की गल कहा और उस तो अगे नहीं तुरे उधर न रहे तो इस करके पूरन सिंह कहना पिया कि क्योंकि पूरन सिंह का एटीट्यूड जरा मतलब पूर्ववाद का सी तो उन्होंने पता सी कि अध्यात्मकता जी है वह एड्डी वड्डी सच्चाई है कि जिहड़ियां पदार्थक दृष्टि तो समझ आई हुई गल्लां ने बहुत छोटियां रह जांदियां ने देखदे तो उन्होंने कहा भी नहीं पछमवाद जिहड़ा है ना यह तो अजे एवं बच्चों वांगू गल्लां करदा है इहनूं उन्हां गल्लां दी सोझी नहीं है। खैर उन्होंने कहा वड्डे बंदे सन कह सकते सन मेरे कोल ऐसा नहीं कहा जाना पर मैनूं उन्हां दी गल जरूर याद है तो मैं उन्होंने कहना कि जिहड़ी गल तो पछम धर्म दे हवाले नाल टाला वटदा रहा है गुरु नानक देव जी ने उन्हूं सिद्धियां स्पष्ट जिहड़ा एड्रैस किया और उन्हूं जिहड़ी टेक्नोलॉजी नूं उन्होंने एक धार्मिक बंदियां दी वरतों विहार का साधन जिहा बनाता सी उन्हूं उन्होंने फिलासफी बनाया चिंतन बनाया मतलब उन्हां दा जीवन दर्शन बनाया गुरु नानक का जीवन दर्शन जिहड़ा है वह इस जिहड़ियां धार्मिक हदबंदियां ने इन्हां नूं छड़पदा इन्हां नूं अगे आउंदा है। हुण ये होना की है कि सानू भी इस वेले इहदा हल लभना चाहीदा है कि इस जिहड़ा सिद्धांतीकरण जां नैतिकीकरण है जिहड़ी करन है जदों असीं सेंट्रलाइज कर देने एक थां ते जां सीमित कर देने जां मैं कह रहा शिकंजे विच कस देने शिकंजे विच कसण तों जिहड़ा वह गुरेज करना चाहीदा है ते वह गुरेज करके असीं सानूं देखना चाहीदा है कि असीं किहड़ी जिहड़ी है गल जिहड़ी है वह सामने लियाउणा चाहुंदे हां ते जदों लियावांगे ना ये गल कहन लगांगे ते तुहानूं मैं हवाला ये देना कि तुसीं आसा दी वार दे हवाले नाल कर सकदे हो। फर्द करो तुसीं अपने जिहड़ी तुहाडी सथापती है चार चफेरे जिहड़े युग विच रह रहे हां असीं जिहनूं असीं मतलब कलयुग कह रहे हां अजकल जिहनूं सियासत प्रधान युग कहा जा सकदा है जिन्होंने आपातापी का युग किया जा सकता है जिन्होंने मैं मुल्ड कन्फलिक्ट का युग किया है वो जावे तो की है राजे श्री मुकदम कुत्ते की कहा जा रहा है एड्डी सख्त भाषा गुरु नानक कि वरत रहे हैं तो ये समय की सियासत वास्ते है ये समय की सियासत जी है इन्हों ईडियम नहीं समझा तो जी है ना असी आप ही शोषित होने वास्ते तैयार हो जाएंगे आप ही एक्सपलाइट होने वास्ते तैयार हो जाए तो जे मैं एक्सपलाइट होने वास्ते आप तैयार हो जाव तो मैं एक्सपलाइट होने तो बचा कौन सकता है। इस करके जी चेतना है चेतना के किहोजा थोड़ा जहा जरा नाबरी है किस किस्म की नागर नाबरी गुरु नानक देव जी इंजैक्ट कर रहे हैं वह राजे श्री मुकदम कुत्ते राही तो सामने आ सकती है। हुण उत्थे चेतना की है हुण साडी समकाली चेतना भी इहोजी है अंधी रईयत ज्ञान भी सुनी अज जी सियासत है उन्होंने अंध भगतों की लोड़ पै रही है वोट बैंक जोड़ा है वह केंद्र में अंध भगती आ गया है ये अंध भगती जी है वह ही अगे जाके मतलब रिलीजन जेंडर कर की हुई है ज्यों कहो कि रिलीजन ही अंध भगती अगे आई है और वाया रिलीजन पॉलिटिक्स पॉलिटिशियन के हाथ में एक डंडे वागू आ गई है जी लोगों से वरदा आ रहा है तो मतलब इन्ना कहना अंधी रईयत ज्ञान विहूणी तो बचना चाहिए क्योंकि गुरु नानक का मूल विच कि जे तुसी चेतन नहीं होवोगे तो जे तुसी सोझीवान नहीं होवोगे जे तुसी वेख के नहीं तुरोगे तो तुहाड़े पैर टोया टिब्बिया में पैणगे तो उहदे नाल तुहाड़ा नुकसान हुंदिया रह गया और तो बचना चाहिए। हुण इहनां नूं इह है इह मैं गल इस करके कह रहा कि बंदा रिश्तियां दा नां है रिश्तियां नूं किहो जे बैलेंस विचों बिल्ड करना चाहिए। एक तो रिश्ते जिहड़े ने लहू दे हुंदे ने ते एक बंदे जिहड़े ने वो चेतना दे हुंदे ने रिश्ते जिहड़े ने वो तुहाडे मतलब एकेडमिक भी हुंदे ने ये रिश्तियां दे विच असीं इहनां नूं रखणा किथे आ असीं मैं कहना भी जिहड़ा नवां ते हैगा प्रबंध इहदे विच रिश्तियां दे हवाले नाल जां अपने समकाल दे हवाले नाल कहो रिश्तियां दा नाम ही जिक्र करिए तां कोई गल नहीं है समकाल दे हवाले नाल जिहड़ी गल उहनां ने लिआंदी ते उह जिहड़ा सिख प्रबंध गुरमत प्रबंध पंथक प्रबंध जिहदे विच इह लफ्ज़ सारे जिहड़े ने साडे ही ने
ਅਸੀਂ ਵੱਖਰੇ ਵੱਖਰੇ ਮੌਕੇ 'ਤੇ ਵੱਖ ਵੱਖ ਵਰਤਦੇ ਰਹੇ ਹਾਂ। ਇਹ ਪ੍ਰਬੰਧ ਜਿਹੜਾ ਹੈ ਇਹ ਉਹੀ ਹੈ ਜਿਹੜਾ ਉਹਨਾਂ ਨੇ ਉੱਥੇ ਸਿੱਧ ਗੋਸ਼ਟ ਵੇਲੇ ਕਹਿ ਦਿੱਤਾ ਸੀ, ਸ਼ਬਦ ਗੁਰੂ ਸੁਰਤੁਨ ਚੇਲਾ। ਸ਼ਬਦ ਗੁਰੂ ਦਾ ਕੀ ਹੈ? ਇਹ ਮੈਂ ਪਹਿਲਾਂ ਤੁਹਾਨੂੰ ਕਿਹਾ ਵੀ ਹੈ ਕਿ ਇਹਦੇ ਵਿੱਚ ਬੰਦੇ ਨੂੰ ਮਨਫੀ ਕਰਕੇ ਦੇਖਣਾ ਹੈ। ਬੰਦਾ ਜੇ ਸ਼ਬਦ ਗੁਰੂ ਵਿੱਚ ਪਲੱਸ ਰਹੇਗਾ, ਜਿਵੇਂ ਕਿ ਬਹੁਤ ਦਾਅਵੇਦਾਰੀ ਕੀਤੀ ਜਾਂਦੀ ਹੈ ਕਿ ਕੀਰਤਨ, ਮੈਂ ਇੱਕ ਕੀਰਤਨੀ ਨੂੰ ਪੁੱਛ ਰਿਹਾ ਸੀ ਕਿ ਤੁਹਾਡਾ ਇੰਨੀ ਸੋਹਣੀ ਆਵਾਜ਼ ਹੈ, ਇੰਨੇ ਤੁਹਾਡੀ ਸਿਲੈਕਸ਼ਨ ਸ਼ਬਦਾਂ ਦੀ ਇੰਨੀ ਖੂਬਸੂਰਤ ਹੈ ਵੀ ਜੇ ਤੁਸੀਂ ਉਹ ਮੁਗਧ ਕਰਦੀ ਹੈ, ਮੰਤਰ ਮੁਗਧ ਕਰਦੀ ਹੈ, ਬੜਾ ਆਨੰਦ ਆਉਂਦਾ ਹੈ। ਪਰ ਜਦੋਂ ਤੁਸੀਂ ਵਿਆਖਿਆ ਕਰਨ ਲੱਗਦੇ ਹੋ ਉਦੋਂ ਬੰਦਾ ਜਿਹੜਾ ਹੈ ਉਹ ਉਹਦੇ ਨਾਲ ਟੁੱਟ ਜਾਂਦਾ ਹੈ, ਅਤੇ ਜਿਹੜੀ ਤੁਹਾਡੀ ਵਿਆਖਿਆ ਹੈ ਉਹਦੇ ਨਾਲ ਜੁੜਨ ਨੂੰ ਜੀ ਮੇਰਾ ਤਾਂ ਨਹੀਂ ਕਰਦਾ, ਹੋਰ ਕਿਸੇ ਦਾ ਕਰਦਾ ਹੋਵੇ ਮੈਨੂੰ ਪਤਾ ਨਹੀਂ ਹੈ। ਉਹ ਕਹਿਣ ਲੱਗੇ ਨਹੀਂ, ਲੋਕਾਂ ਨੂੰ ਸਮਝਾਉਣ ਵਾਸਤੇ ਬੰਦਾ ਚਾਹੀਦਾ ਵਿਚਾਲੇ, ਉਹਦੇ ਵਿੱਚੋਂ ਗੁਰੂ ਰਾਮ ਨਿਕਲਿਆ ਹੋਇਆ, ਉਹਦੇ ਵਿੱਚੋਂ ਡੇਰਾਦਾਰੀ ਨਿਕਲੀ ਹੋਈ ਹੈ, ਇਹਦੇ ਵਿੱਚੋਂ ਹੀ ਸਾਰੀਆਂ ਗੱਲਾਂ ਨਿਕਲੀਆਂ ਹੋਈਆਂ ਨੇ, ਅਤੇ ਇਹਦੇ ਵਿੱਚੋਂ ਉਹ ਮੈਨੂੰ ਤਾਂ ਉਹ ਇਹ ਵੀ ਸਮਝਾਉਂਦਾ ਹੈ ਕਿ ਇਹ ਵੀ ਸਾਡੇ ਕੋਲ ਇਕੱਲੇ ਸਿੱਖ ਧਰਮ ਨੇ ਨਹੀਂ ਗੱਲ ਪਾਇਆ, ਨਾ ਹਿੰਦੂ ਧਰਮ ਨੇ ਪਾਇਆ ਹੈ। ਇਹ ਤਾਂ ਜਿਹੜੀ ਮੋਡਰਨਿਟੀ ਨਾਲ ਫੈਸ਼ਨ ਆ ਗਿਆ ਨਾ, ਅਸੀਂ ਰੈਡੀਮੇਡ ਫੈਸ਼ਨ ਦੇ ਜਿਹੜੇ ਸ਼ਿਕਾਰ ਹੋ ਗਏ ਹਾਂ ਹੁਣ। ਮਤਲਬ ਕੁਆਲਿਟੀ ਗੱਲਾਂ ਜਿਹੜੀਆਂ ਨੇ ਉਹ ਡਰੈਸ ਚਾਹੀਦੇ ਨੇ ਬੱਚਿਆਂ ਨੂੰ ਜਾਂ ਬਣੀ ਬਣਾਈ ਚੀਜ਼ ਚਾਹੀਦੀ ਹੈ, ਜਦੋਂ ਅਸੀਂ ਬਣਾਉਣਾ ਹੀ ਕੁਛ ਨਹੀਂ। ਜਿਹੜੇ ਯੁੱਗ 'ਚੋਂ ਅਸੀਂ ਨਿਕਲ ਕੇ ਆ ਗਏ ਹਾਂ ਉੱਥੇ ਅਸੀਂ ਘਰਾਂ 'ਚ ਖੇਸ ਬੁਲ ਕੇ ਆਪਣਾ ਕੁੜਤਾ ਬਣਾਉਂਦੇ ਸੀ ਹੱਥਾਂ ਨਾਲ। ਉਹ ਇਹ ਨਹੀਂ ਵੀ ਉਦੋਂ ਅਸੀਂ ਬੈਕਵਰਡ ਸੀਗੇ, ਹੁਣ ਅਸੀਂ ਫਾਰਵਰਡ ਹਾਂ। ਪਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਫੈਸ਼ਨ ਜੇ ਦਿਮਾਗ ਨੂੰ ਉਲਾਰ ਕਰੇਗਾ ਤੁਹਾਡੀ ਗਾਈਡੈਂਸ ਨਹੀਂ ਕਰ ਸਕਦਾ, ਕਿਉਂਕਿ ਤੁਸੀਂ ਕਿਸੇ ਗੱਲ ਦੀ ਨਕਲ ਮਾਰ ਰਹੇ ਹੋ। ਉਹ ਨਕਲ ਵਿੱਚ ਤੁਸੀਂ ਜਿਹੜੀਆਂ, ਮੈਂ ਐਡਵਰਟੀਜ਼ਮੈਂਟ ਦਾ ਹਵਾਲਾ ਨਹੀਂ ਦਿੰਦਾ ਕਿ ਬੜੇ ਵੱਡੇ ਜਿਹੜੇ ਹੈਗੇ ਨੇ ਐਕਟਰ ਜਿਨ੍ਹਾਂ ਦਾ ਬੜਾ ਵੱਡਾ ਨਾਂ ਹੈ, ਉਹ ਮਤਲਬ ਗੁਟਕੇ ਦੀ ਐਡਵਰਟੀਜ਼ਮੈਂਟ ਦੇ ਰਹੇ ਨੇ। ਉਹ ਕਹਿੰਦੇ ਨੇ ਇਹਦੇ ਵਿੱਚ ਕੇਸਰ ਹੈ, ਜਿਹੜਾ ਕਿ ਕੇਸਰ ਪਾ ਕੇ ਉਸ ਭਾਅ ਦੇ ਵੇਚੇ ਨਹੀਂ ਜਾ ਸਕਦਾ, ਕਿਉਂਕਿ ਉਹ ਤਾਂ ਗਰੀਬ ਆਦਮੀ ਖਾਂਦੇ ਨੇ, ਉਹਨਾਂ ਨੇ ਆਪ ਖਾਣਾ ਨਹੀਂ, ਆਪਣੇ ਬੱਚਿਆਂ ਨੂੰ ਖਾਣ ਦੇਣਾ ਨਹੀਂ। ਪਰ ਜਿਨ੍ਹਾਂ ਨੇ ਉਹਦੀ ਫੋਟੋ ਵੇਖ ਕੇ ਖਾਣਾ ਹੈ ਉਹਨਾਂ ਨੇ ਉਹਦੇ ਤੋਂ ਨੁਕਸਾਨ ਹੋ ਜਾਣਾ ਉਹਨਾਂ ਦਾ। ਇਸ ਕਰਕੇ ਮੈਂ ਕਹਿ ਰਿਹਾ ਕਿ ਸਾਨੂੰ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ ਕਿ ਕੋਈ ਇਨਫਾਲੀਬਲ ਗਾਈਡ ਸਾਨੂੰ ਚਾਹੀਦਾ। ਜਿਹੜਾ ਇਨਫਾਲੀਬਲ ਗਾਈਡ ਹੈ ਉਹਨੂੰ ਮੈਂ ਸ਼ਬਦ ਗੁਰੂ ਕਹਿ ਰਿਹਾ, ਔਰ ਇਹਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ, ਔਰ ਉਹਦੇ ਵਿੱਚੋਂ ਉਹ ਗੱਲਾਂ ਲੱਭਣੀਆਂ ਚਾਹੀਦੀਆਂ ਨੇ ਜਿਹੜੀਆਂ ਛੇਤੀ ਸਮਝ ਆਉਂਦੀਆਂ ਹੋਣ। ਅਤੇ ਉਹ ਤ੍ਰਿਕੜੀ ਦਾ ਹੀ ਗੁਰੂ ਨਾਨਕ ਦੇ ਨਾਮ 'ਤੇ ਮਤਲਬ ਜਿਹੜਾ ਲਗਾਤਾਰ ਲੋਕਾਂ ਨੂੰ ਦੱਸ ਹੀ ਰਹੇ ਹਾਂ ਕਿ ਇਹ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਵਾਲੀ, ਉਹ ਮੈਂ ਮੇਰੇ ਮੁਤਾਬਕ ਤਾਂ ਉਹ ਸੁਭਾਅ ਦੀਆਂ ਪਰਤਾਂ ਨੇ ਅਤੇ ਉਹ ਡਿਵੈਲਪ ਹੁੰਦੀਆਂ ਨੇ। ਸਿੱਖ ਦੇ ਤਾਂ ਖੂਨ ਵਿੱਚ ਚਲੀਆਂ ਗਈਆਂ ਨੇ, ਸਿੱਖ ਤਾਂ ਉਹ ਨਹੀਂ ਵੀ ਜਾਣਦਾ ਤਾਂ ਵੀ ਉਹਦੇ ਕੋਲ ਹੋਈ ਜਾ ਰਹੀਆਂ ਨੇ ਉਹ। ਇਸ ਕਰਕੇ ਮਤਲਬ ਇਹ ਗੁਰੂ ਨਾਨਕ ਦੀ ਬਖਸ਼ਿਸ਼ ਹੈ, ਇਹ ਗੁਰਮਤਿ ਦੀ ਬਖਸ਼ਿਸ਼ ਹੈ, ਇਹ ਸਿੱਖ ਦੇ ਹੋਈ ਹੋਈ ਬਖਸ਼ਿਸ਼ ਹੈ ਕਿ ਉਹਦੇ ਲਹੂ ਵਿੱਚ ਉਹ ਗੁਣ ਹੈਨ ਜਿਹੜਾ ਉਹ ਨਾ ਜਾਣਦਾ ਹੋਇਆ ਵੀ ਉਹਦੇ ਕੰਮ ਆਈ ਜਾਂਦੇ ਨੇ, ਜਾਂ ਨਾ ਜਾਣਦੇ ਹੋਏ ਵੀ ਉਹਦੇ ਨਾਲ ਉਹ ਨਿਭੀ ਜਾ ਰਿਹਾ। ਇਹੋ ਜਿਹੀਆਂ ਗੱਲਾਂ ਜਿਹੜੀਆਂ ਧਿਆਨ ਵਿੱਚ ਰੱਖਣੀਆਂ ਪੈਣਗੀਆਂ। ਹੁਣ ਇਸ ਵੇਲੇ ਕੀ ਹੈ ਵੰਗਾਰ? ਕੀ ਹੈ ਸਾਡੇ ਸਾਹਮਣੇ ਵੰਗਾਰ? ਜਿਹੜੀ ਹੈ ਉਹ ਹੈ ਸਾਡਾ ਸਥਾਨਕਤਾ ਵਰਸਿਜ ਯੂਨੀਵਰਸਲਿਜ਼ਮ, ਪੰਜਾਬ ਵਰਸਿਜ ਮਤਲਬ ਸਾਰੀ ਦੁਨੀਆਂ ਵਿੱਚ ਫੈਲਿਆ ਹੋਇਆ ਪੰਜਾਬ, ਸਿੱਖ ਵਰਸਿਜ ਸਾਰੀ ਦੁਨੀਆਂ 'ਚ ਫੈਲੇ ਹੋਏ ਸਿੱਖ। ਹੁਣ ਮੇਰਾ ਮਤਲਬ ਇਹ ਹੈ ਕਿ ਜਦੋਂ ਇਹ ਗੱਲ ਧਿਆਨ 'ਚ ਰੱਖਾਂਗੇ ਅਸੀਂ ਤਾਂ ਇਹ ਜਿਹੜੀ ਹੈ ਨਾ ਇਹਦੇ 'ਚ ਹੋਇਆ ਕੀ? ਮੈਂ ਤਾਂ ਇਹਨੂੰ ਅੱਜ ਜੇ ਤੁਸੀਂ ਕਹੋ ਤਾਂ ਮੈਂ ਇਹਨੂੰ ਇਹ ਸਮਝਦਾ ਕਿ ਸਥਾਨਕਤਾ ਸਾਡੀ ਉਹ ਰਾਜਕਰੇ ਕਾ ਖਾਲਸਾ ਨਾਲ ਜੁੜੀ ਹੋਈ ਸੀ, ਪਰ ਜਿਹੜੀ ਸਾਡੀ ਵਿਸ਼ਵੀਕਰਨ ਹੈ, ਗਲੋਬਲ ਜਿਹੜੀ ਪੁਜੀਸ਼ਨ ਹੈ, ਉਹ ਸਾਡੀ ਸਰਬੱਤ ਦੇ ਭਲੇ ਨਾਲ ਜੁੜੀ ਹੋਈ ਹੈ, ਦੋਵੇਂ ਹੀ ਸਾਡੇ ਨੇ। ਅਸੀਂ ਜਦੋਂ ਮਤਲਬ ਰਾਜਕਰੇ ਕਾ ਖਾਲਸਾ ਕਹਿੰਦੇ ਸੀ ਤਾਂ ਉਹਦੇ ਵਿੱਚ ਵਰਦੀ ਲੈਸੀ ਕ੍ਰੀਏਟ ਕਰ ਰਹੇ ਸੀ ਨਾ, ਵੀ ਭਾਈ ਯੋਗਤਾ ਮੂਲਕ ਹੋ ਗਏ ਤਾਂ ਤੁਹਾਨੂੰ ਮਿਲੇਗਾ, ਮਿਲੇਗਾ ਉਹ ਜੋ ਤੁਸੀਂ ਡਿਜ਼ਰਵ ਕਰਦੇ ਹੋ। ਰਾਜਕਰੇ ਕਾ ਖਾਲਸਾ ਇਹ ਨਹੀਂ ਹੈ ਵੀ ਮਤਲਬ ਰਣਜੀਤ ਸਿੰਘ ਦਾ ਬਦਲ ਬਣ ਜਾਓਗੇ ਤੁਸੀਂ, ਰਾਜਕਰੇ ਕਾ ਖਾਲਸਾ ਇਹ ਹੈ ਕਿ ਮਿਲੇਗਾ ਉਹ ਜੋ ਤੁਸੀਂ ਡਿਜ਼ਰਵ ਕਰਦੇ ਹੋ, ਅਤੇ ਜੋ ਤੁਸੀਂ ਡਿਜ਼ਰਵ ਕਰਦੇ ਹੋ ਉਹਨੂੰ ਕੋਈ ਨਹੀਂ ਰੋਕ ਸਕਦਾ। ਮਤਲਬ ਇਹ ਮੈਂ ਇਨਵੈਸਟਰ ਲੈ ਰਿਹਾ, ਮੈਂ ਇਹ ਤਾਂ ਕਹਿ ਰਿਹਾ ਕਿ ਮੇਰੇ ਸਾਹਮਣੇ ਜਿਹੜੇ ਯੰਗ ਸਿੱਖ ਸਕਾਲਰ ਬੈਠੇ ਨੇ ਉਹਨਾਂ ਨੂੰ ਇਹ ਕਹਿ ਰਿਹਾ ਕਿ ਇਹਨਾਂ ਦਾ ਗ੍ਰੈਪਲ ਕਰੋ, ਇਹਨਾਂ ਵਿੱਚੋਂ ਨਵੀਆਂ ਡਾਇਮੈਂਸ਼ਨ ਕੱਢੋ, ਉਹ ਡਾਇਮੈਂਸ਼ਨ ਜਿਹੜੀਆਂ ਨੇ ਉਹਨਾਂ ਨੂੰ ਵਰਤਣ ਦੀ ਕੋਸ਼ਿਸ਼ ਕਰੋ, ਅਤੇ ਜਦੋਂ ਤੁਸੀਂ ਉਹਨਾਂ ਨੂੰ ਵਰਤਣ ਦੀ ਕੋਸ਼ਿਸ਼ ਕਰੋਗੇ ਤੇ ਉਹ ਆਮ ਬੰਦੇ ਤੱਕ ਆਪਣੇ ਆਪ ਪਹੁੰਚਣਗੀਆਂ। ਸੋਸ਼ਲ ਮੀਡੀਆ ਦਾ ਯੁੱਗ ਹੈ ਅੱਜ ਕੱਲ੍ਹ, ਮਤਲਬ ਬੜੀ ਤੇਜ਼ ਚੱਲਦੀਆਂ ਨੇ ਗੱਲਾਂ ਅਤੇ ਚੱਲਦੀਆਂ ਰਹਿੰਦੀਆਂ ਨੇ। ਸਿੱਖੀ ਨੇ ਵਿਕਾਸ ਕਰਦਿਆਂ ਸਮੇਂ 'ਤੇ ਸਰਦਾਰੀ ਕਰਨ ਦੀ ਯੁਗਤ ਦੱਸੀ ਸੀ। ਰਾਜਕਰੇ ਕਾ ਖਾਲਸਾ ਸਮੇਂ 'ਤੇ ਸਰਦਾਰੀ ਹੈ, ਰਾਜਕਰੇ ਕਾ ਖਾਲਸਾ ਕੋਈ ਪੋਲੀਟੀਕਲ ਸਲੋਗਨ ਨਹੀਂ ਹੈ, ਇਹਦੀ ਪੰਥਕਤਾ ਹੈ ਅਤੇ ਇਹ ਪੰਥਕਤਾ ਜਿਹੜੀ ਹੈ ਇਹ ਸਮੇਂ 'ਤੇ ਸਰਦਾਰੀ ਹੈ। ਸਮੇਂ 'ਤੇ ਸਰਦਾਰੀ ਦੇ ਕਰਨ ਵਾਸਤੇ ਤੁਹਾਨੂੰ ਡਾਂਗ ਨਾਲ ਨਹੀਂ ਕਰ ਸਕਦੇ ਨਾ ਤੁਸੀਂ, ਅਸੀਂ ਤਾਂ ਸਾਡੇ ਕਲਚਰ 'ਚ ਪਿਆ ਹੈ
कि डांगला राज नहीं किया जा सकता, छड़ी नाल किया जा सकता है। हुण तुसीं इह जिहड़ियां गल्लां ने इह सानूं मुड़ के ओपरेटिव करनियां पैणगियां। ते इह जिहड़ी सारी हैगे ने खालसा सरोकार ने साडे जिहड़े उहनां नूं साडा पोलीटिकल एज विच आ के, वर्तमान पोलीटिकल एज है इहदे विच आ के उह साडे गल पै गए ने। खालसा सरोकारां नूं गुरमत रंग विच सामने लियांदे जाण दी लोड़ है। मैं सियासत नूं सियासतदान सियासत कर, पर अकैडमिशियन भी तो अपनी अकैडमिशियन जिहड़ा धर्म पालन ना वह यदा जरा पक्ष गुम हों जाता सामने लिया, क्योंकि नहीं करा ना तो फिर होना की है। मैं तुम्हें कहा कि जेडे प्राप्त कन्फलिक्ट ने उन्होंने निकलने वास्ते थोड़े को सहज मॉडल है। तो हूँ की आ गया कि जेडे प्राप्त कन्फलिक्ट ने उन्होंने जूझण वास्ते अपवित्र गठजोड़ मॉडल चाहिए। असं मतलब अपवित्र गठजोड़ वाले पास में पै गए भी इन्ना किस्म ज्यादा कर लो, इन्ना किस्म ज्यादा कर लो, जिंदगी जी सौखी निकल जाएगी। इस करके मैं समझा कि असी जी खालसा सरोकार ने ना इन्हों की री इंटरप्रटेशन री रीडिंग सानू करनी चाहिए है, बाणी की रोशनी में करनी चाहिए है। और जी बाणी की रोशनी में गल जी समझ समझाई नहीं जा सकती वो तो गुरेज करने की कोशिश भी करनी चाहिए है। मैं समझा कि सास जे सियाणप तो मतलब महरूम हो तो वह सियास नहीं होंगे, जुल्म करने वाला एक बदमाशी हो जाएगी। सास नूं सियाणप दी ठुमणा दिता सी, सास नूं सियाणप नाल मतलब माला माल किया गुरमत ने, और तो अं पासे हो गए। इनू देखो जिहड़ियां गुरमत ने गल्लां स्थापित कीतियां सी खत्म तो नहीं कीतियां जा सकदियां, उन्हां नूं वर्तन तो असीं गुरेज करदे वी रहीए ते उन्हां ने अपने आप चलते रहना है, क्योंकि वह कमल निरालम वांगू अपना काम करी जांदियां ने। तो वह जी जी गल असं भिजे होंने उदों तो नहीं भेजते, मतलब अमर जी देख ली 48 हो गए ने, मैं जो कहेंगा उदो बंद कर देंगा, अजय मेरे 42 मिनट होए ने, दो तीन मिनट रेंदे ने जे जे मतलब 45 होने भी। तो असी इस वे जो गुरु नानक देव जी के बारे की गल कर रहे हैं, उन्होंने जीवन दर्शन की गल कर रहे, उन्होंने बाणी की गल कर रहे हैं, तो वो दुनिया के मेरे को सवाल यह आ जाता है कि असी कितों कितने तक आ गए हैं, असी मतलब उन्होंने किहो जहा सा विरासत किहो जी सी, तो साढ़ा समकाल किहो जहा हो गया, कि वह विरासत दे हां दा है, ये सानू कदे कदे सोचना चाहिए। और ये वास्ते जरा कली दिमागी कसरत नहीं नाल नहीं चलना, इसलिए तो बाणी की जी पुनर्पढ़त लोड़ी है, री रीडिंग ऑफ एवरीथिंग, मैं कह रहा री कंस्ट्रक्शन ऑफ एवरी कॉन्सैप्ट कह रहा, यह री रीडिंग रीकंस्ट्रक्शन जी है ये तो बिना साडा काम जिहड़ा ना वह चल नहीं सकेगा। इस करके मैं समझा कि जिहड़ी पहुँच गुरमत दा सहाई होने की थान से गुरमत के विरोध में भुगती है जो राह रोकती है उन्होंने ही विपर कहना चाहिए, उन्होंने एवं नहीं मतलब ब्राह्मणवादी तो दूजी कह देना चाहिए। ये विपर जो लफ्ज है कि गुरबाणी चाहता साढ़े साहित में आता वो उन्होंने बंदे वास्ते सी जिहड़े धर्म नूं अपने तक सीमित करते सन ते अगे नहीं तुरदे सन। इहदे विचों निकलता की रहा, ये चो मतलब आर्थिक जी लालच निकलते रहे हैं, कट्टरता वर्गी हर तरमी निकलती रही है, तो मतलब औलार औलार स्थितियां पैदा होती रही ने, उन्होंने गुरेज करना चाहिए। तो मैं कहना है ये क्या यह चाहना कि असी बौद्धिक गरीबी के व्यापन बारे सोचते रहना चाहिए। सिंह सभा लहर ने एक बार सोचा सी और उन्होंने मॉडल भी सामने लियाते सन, तो वो साढ़े को जो आ गए सामने भाई वीर सिंह प्रत पूरन सिंह, उन्हों की पढ़त भी सानू बहुत अगे ले जा सकती है, कि गल चले तो वह भी कर सकती है। हूँ मैं ये जी गल सामने लिया चाहना वो ये है कि चेतना जुड़े बिना जिम्मेवारी जरा दायित्व है बंदे का आस नहीं की जा सकती। चेतना नाल हर बंदा जरा सोच सकता है, जिन्हों माड़ी मोटी समझ है, जिवें तुसीं मेरी सिफत की तो मैं लग्या भी तुसीं समझा भी ये चेतना प्रतिनिध है, मैं चेतना प्रतिनिध नहीं, मैं चेतना का एक्टिव हाँ चेतना के नाल तुरन वास्ते एक्टिवली तुरन की मैं मौके मिलते रहे तो मैं तुरता भी रहा, वो चो जरा कुछ सत आ गया वो थोड़े नाल साझा कर रहा। तो उ साढ़े को जो असी कि मगर ना मुड़ पाइए, अगे नु चलना है, अगे नूं चलन वास्ते साडे कोल बहुत कुछ पिया है कि मतलब असी सिखी दे नाते जिहड़ा सिख है उन्हूं मिसगाइड होण तों किवें बचा सकदे हां।
ਹੁਣ ਹੋਇਆ ਕੀ ਹੈ ਕਿ ਇਸ ਵੇਲੇ ਜਿਹੜੇ ਸਾਡੇ ਸਾਰੇ ਸਾਧਨ ਨੇ ਉਹ ਮੈਂ ਇਹਨਾਂ ਗੱਲ ਮੁਕਾ ਦੇਣੀ ਹੈ ਕਿ ਸਿੱਖੀ ਜਗਾਉਣ ਦਾ ਨਾਂ ਸੀ, ਸਿੱਖੀ ਜਾਗਿਆ ਹੋਇਆਂ ਦਾ ਭਾਈਚਾਰਾ ਸੀ, ਪਰ ਹੁਣ ਸਿੱਖੀ ਜਿਹੜੀ ਹੈ ਉਹ ਇਸ ਵੇਲੇ ਥਾਪੜ ਥਾਪੜ ਸੁਆ ਰਹੀ ਹੈ। ਮੈਂ ਨਹੀਂ ਕਹਿੰਦਾ ਵੀ ਕੋਈ ਵਿਧਾ ਮਾੜੀ ਹੁੰਦੀ ਹੈ, ਵਿਧਾ ਜੇ ਤੁਹਾਨੂੰ ਜਗਾਉਣ ਦੀ ਥਾਂ 'ਤੇ ਸੁਆ ਲੈ, ਵਿਧਾ ਜੇ ਆਪਣੇ ਲੋਰ ਵਿੱਚ ਚੱਲੀ ਜਾਏ ਠੀਕ ਵੀ ਹੋਵੇ ਅਤੇ ਤੁਹਾਡੇ ਹੱਥ ਕੁਛ ਨਾ ਆਵੇ ਅਤੇ ਇਹ ਕੀ। ਅਕੈਡੈਮਿਕਸ ਨੇ ਇਸ ਗੱਲ 'ਤੇ ਪਹਿਰੇਦਾਰੀ ਕਰਨੀ ਹੈ, ਅਕੈਡੈਮਿਕਸ ਨੇ ਸੋਚਣਾ ਹੈ ਕਿ ਇਸ ਵੇਲੇ ਜੋ ਹੋ ਰਿਹਾ ਹੈ ਉਹਦੇ ਵਿੱਚੋਂ ਕੀ ਆਮ ਬੰਦੇ ਦੇ ਹੱਥ ਵਿੱਚ, ਆਮ ਸਿੱਖ ਦੇ ਹੱਥ ਵਿੱਚ ਆ ਰਿਹਾ ਹੈ ਅਤੇ ਕੀ ਉਹਦੇ ਹੱਥ ਵਿੱਚ ਲਿਆਉਣਾ ਚਾਹੀਦਾ, ਇਸ ਪਾਸੇ ਤੁਰਾਂਗੇ। ਅਤੇ ਇਹਦੇ ਵਿੱਚ ਮੈਂ ਜਿਹੜਾ ਮੌਕੇ ਦਾ ਇਹ ਤੋਂ ਜਿਹੜਾ ਜਦੋਂ ਲੋੜ ਪੈਂਦੀ ਹੈ ਅਸੀਂ ਇਹਨੂੰ ਕ੍ਰਿਟੀਸਾਈਜ਼ ਵੀ ਕਰ ਸਕਦੇ ਹਾਂ। ਇਹਦਾ ਕ੍ਰਿਟੀਕਲ ਮੈਂ ਕਹਿੰਦਾ ਕ੍ਰਿਟੀਸਾਈਜ਼ ਤਾਂ ਨਹੀਂ ਕਹਿੰਦਾ ਲਫ਼ਜ਼ ਵਰਤਣਾ ਚਾਹੀਦਾ, ਇਹਦਾ ਕ੍ਰਿਟੀਕ ਉਸਾਰਨਾ ਚਾਹੀਦਾ। ਬਹੁਤ ਵਾਰੀ ਹੋਇਆ ਹੁੰਦਾ ਇਹ ਹੈ ਕਿ ਅਸੀਂ ਆਪਣੀ ਗੱਲ ਦੇ ਸਮਰਥਨ ਵਿੱਚ ਇੱਕ ਲਹਿਰ ਵਿੱਚ ਹੀ ਭੱਜੇ ਜਾਂਦੇ ਹਾਂ ਅਤੇ ਉਹਦੇ ਵਿੱਚੋਂ ਸਾਨੂੰ ਅਸੀਂ ਜਦੋਂ ਆਣ ਕੇ ਚੁਰਾਹੇ 'ਤੇ ਖੜ੍ਹਦੇ ਹਾਂ ਅਤੇ ਉਦੋਂ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਹੁਣ ਅਸੀਂ ਕਿੱਥੋਂ ਆਏ ਸੀ ਅਤੇ ਕਿੱਧਰ ਨੂੰ ਜਾਣਾ ਹੈ। ਇਹਨੂੰ ਮੈਂ ਅਪਵਿੱਤਰ ਗੱਠਜੋੜ ਕਹਿਣਾ ਕਿ ਸਮਝੌਤਾਵਾਦੀ ਦ੍ਰਿਸ਼ਟੀਕੋਣ ਕਹਿਣਾ, ਗੁਰਮਤ ਨਾਲ ਟੁੱਟਿਆ ਹੋਇਆ ਟੁੱਟੀ ਹੋਈ ਆਪਾਤਾਪੀ ਕਹਿਣਾ, ਇਹ ਤੋਂ ਬਚਣਾ ਚਾਹੀਦਾ। ਹੁਣ ਹੋਇਆ ਕੀ ਹੈ ਕਿ ਜਿਹੜੀਆਂ ਅਕੈਡੈਮਿਕਸ ਜਿਹੜੇ ਅੱਜ ਅਸੀਂ ਇਕੱਠੇ ਹੋਏ ਹਾਂ ਉਹਨਾਂ ਨੇ ਸੱਚ ਨਾਲ ਜੁੜੀਆਂ ਹੋਈਆਂ ਜਿਹੜੀਆਂ ਕੀਮਤਾਂ ਨੇ, ਸੱਚ ਨਾਲ ਜੁੜੇ ਹੋਏ ਸਰੋਕਾਰ ਨੇ, ਸੱਚ ਨਾਲ ਜੁੜੀ ਹੋਈ ਨੈਤਿਕਤਾ ਜਿਹੜੀ ਹੈ ਉਹਨੂੰ ਬਾਣੀ ਦੇ ਹਵਾਲੇ ਨਾਲ ਸਾਹਮਣਾ ਲਿਆਉਣਾ ਚਾਹੀਦਾ। ਅਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਉਹਦੇ ਵਿੱਚੋਂ ਜਿੰਨੀ ਕੁ ਗੱਲ ਤੁਹਾਡੇ ਨਾਲ ਹੋ ਸਕਦੀ ਹੈ ਉਹ ਕਰਾਂ ਅਤੇ ਉਹਦੇ 'ਚੋਂ ਨਤੀਜਾ ਇਹ ਕੱਢਾਂ ਕਿ ਇਹ ਗੁਰੂ ਨਾਨਕ ਦੇਵ ਜੀ ਨੇ ਆਪ ਕਿਹਾ ਸੀ, ਜਿਹੜੇ ਆਪ ਗਾਡ ਵਾਕਿੰਗ ਔਨ ਅਰਥ ਸੀ ਉਹ ਕਹਿੰਦੇ ਸੀ ਕਿ ਹਾਰ ਪਰੇ ਸਵਾਮੀ ਕੇ ਦਿਆਰੇ ਦੀਜੇ ਬੁੱਧ ਵਿਵੇਕਾ। ਸੰਵਾਦ ਤੋਂ ਗੱਲ ਚੁਲਦੀ ਸੀ ਅਤੇ ਵਿਵੇਕ ਬਿਨਾਂ ਸੰਵਾਦ ਨਹੀਂ ਸੰਭਵ ਹੋਣਾ। ਅਸੀਂ ਵਿਵੇਕ ਜਿਹੜਾ ਹੈ, ਸੰਵਾਦ ਜਿਹੜਾ ਹੈ ਉਹ ਸਿੱਖਾਂ ਵਿੱਚ ਕਿਵੇਂ ਇੰਟਰੋਡਿਊਸ ਕਰਨਾ ਹੈ। ਇੱਕ ਸੰਵਾਦ ਸ਼ਾਸਤਰ ਨੇ ਸ਼ੁਰੂ ਕਰਤਾ ਹੈ, ਇੱਕ ਸੰਵਾਦ ਉਹਨਾਂ ਦਾ ਜਿਹਨਾਂ ਦਾ ਸੰਸਥਾਵਾਂ 'ਤੇ ਕਬਜ਼ਾ ਉਹਨਾਂ ਨੇ ਸ਼ੁਰੂ ਕੀਤਾ ਹੋਇਆ, ਇੱਕ ਸੰਵਾਦ ਖਿਲਰਿਆ ਫੁੱਲਿਆ ਅਕੈਡੈਮਿਕਸ ਤੁਰਿਆ ਫਿਰਦਾ ਹੈ। ਗੁਰ ਜਿਹੜੀ ਜਗਤ ਗੁਰ ਬਾਬਾ ਨਾਨਕ ਦੇ ਨਾਂ 'ਤੇ ਬਣੀ ਹੋਈ ਯੂਨੀਵਰਸਿਟੀ ਹੈ, ਓਪਨ ਯੂਨੀਵਰਸਿਟੀ, ਇਹਨੇ ਜਿਹੜਾ ਸੰਵਾਦ ਸ਼ੁਰੂ ਕੀਤਾ ਹੈ ਇਹ ਇਸ ਤਰ੍ਹਾਂ ਦਾ ਸੰਵਾਦਾਂ ਨਾਲੋਂ ਵੱਖਰਾ ਹੈ। ਅਤੇ ਇਹਨੂੰ ਮਤਲਬ ਕਿਸੇ ਦੇ ਕਨਫਲਿਕਟ 'ਚ ਆ ਕੇ ਐਵੇਂ ਝਗੜੇ 'ਚ ਪੈਣ ਦੀ ਥਾਂ 'ਤੇ, ਆਪਣੇ ਗਲ ਪਾਉਣ ਦੀ ਥਾਂ 'ਤੇ ਆਪਣੀ ਗੱਲ ਜਿਹੜੀ ਆਪਣੀ ਲਕੀਰ ਜਿਹੜੀ ਹੈ ਉਹ ਇਸ ਤਰ੍ਹਾਂ ਖਿੱਚੀ ਜਾਣਾ ਚਾਹੀਦਾ ਹੈ। ਮੈਂ ਪ੍ਰਬੰਧਕਾਂ ਨੂੰ ਵਧਾਈ ਦੇਣਾ, ਸਾਰੀ ਵਾਈਸ ਚਾਂਸਲਰ ਸਾਹਿਬ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਤੁਹਾਨੂੰ ਆਗਿਆ ਦਿੱਤੀ ਅਤੇ ਤੁਸੀਂ ਸਾਡੇ ਵਰਗੇ ਬੰਦਿਆਂ ਨੂੰ ਮੌਕਾ ਦਿੱਤਾ ਅਤੇ ਅਸੀਂ ਰਲ ਮਿਲ ਕੇ ਇੱਕੋ ਹੀ ਗੱਲ ਸੋਚ ਰਹੇ ਹਾਂ ਵੀ ਅਸੀਂ ਇਹ ਗੱਲ ਆਪਣੀ ਲਕੀਰ ਜਿਹੜੀ ਹੈ ਉਹਨੂੰ ਖਿੱਚੀਏ। ਅਤੇ ਲਕੀਰ ਖਿੱਚਣ ਲੱਗਿਆ ਆਪਣੀ ਲਕੀਰ ਨਾ ਖਿੱਚੀਏ, ਗੁਰਮਤਿ ਦੀ ਲਕੀਰ ਖਿੱਚੀਏ, ਆਪਣੀ ਲਕੀਰ ਨਾ ਖਿੱਚੀਏ, ਜਗਤ ਗੁਰ ਬਾਬਾ ਦੀ ਲਕੀਰ ਖਿੱਚੀਏ। ਅਤੇ ਉਸ ਪਾਸੇ ਆਪਾਂ ਨੇ ਤੁਸੀਂ ਮੈਨੂੰ ਮੌਕਾ ਦਿੱਤਾ, ਮੈਂ ਆਪਣੀ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਮੈਨੂੰ ਪਤਾ ਹੈ ਕਿ ਬਹੁਤ ਥੋੜ੍ਹੀਆਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਸਕਦੀਆਂ ਹੁੰਦੀਆਂ ਨੇ ਗਿਵਨ ਮੂਮੈਂਟ ਵਿੱਚ, ਪਰ ਜਿੰਨਾ ਕੁ ਹੋਇਆ ਉਹਦੇ ਵਿੱਚੋਂ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਗੁਰੂ ਨਾਨਕ ਦੇਵ ਜੀ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਸਨ, ਉਹ ਦੁਨੀਆਂ ਭਰ ਦੇ ਗੁਰੂ ਸਨ, ਮਾਨਵਤਾ ਦੇ ਗੁਰੂ ਸਨ, ਲੋਕਾਂ ਦੇ ਗੁਰੂ ਸਨ, ਹਰ ਬੰਦੇ ਦੇ ਗੁਰੂ ਸਨ, ਹਰ ਲੋੜਵੰਦ ਦੇ ਗੁਰੂ ਸਨ। ਅਤੇ ਉਹਨਾਂ ਦਾ ਉਹ ਰਾਹ ਜਿਹੜਾ ਅਸੀਂ ਆਪਣੇ ਲਾਲਚਾਂ ਵਿੱਚ ਬੰਦ ਨਾ ਕਰੀਏ, ਉਹਨੂੰ ਖੋਲ੍ਹ ਕੇ ਰੱਖੀਏ, ਲੋੜਵੰਦ ਆਪਣੇ ਆਪ ਪਹੁੰਚ ਜਾਣਗੇ। ਇਹਨਾਂ ਸ਼ਬਦਾਂ ਨਾਲ ਸਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸਰ, ਬਲਕਾਰ ਸਰ, ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ। ਤੁਸੀਂ ਬਹੁਤ ਹੀ ਸਹਿਜ ਅਤੇ ਸਰਲ ਸ਼ਬਦਾਂ ਦੇ ਵਿੱਚ ਸਾਡੇ ਸਾਰੇ ਸਰੋਤਿਆਂ ਤੱਕ, ਸੁਣਨ ਵਾਲਿਆਂ ਤੱਕ ਤੁਸੀਂ ਆਪਣਾ ਮੈਸੇਜ ਇੰਨੀ ਵਧੀਆ ਤਰੀਕੇ ਨਾਲ ਪਹੁੰਚਾਇਆ। ਅਸੀਂ ਇਸ ਯੂਨੀਵਰਸਿਟੀ ਦੇ ਵਿੱਚ ਜਿਹੜਾ ਇਹ ਉਪਰਾਲਾ ਇੱਕ ਛੋਟਾ ਜਿਹਾ ਸਾਡੇ ਵੱਲੋਂ ਕੀਤਾ ਗਿਆ, ਪੂਰੀ ਕੋਸ਼ਿਸ਼, ਤਹਿ ਦਿਲੋਂ ਕੋਸ਼ਿਸ਼ ਕਰਾਂਗੇ ਉਹਨਾਂ ਸਾਰੀਆਂ ਗੱਲਾਂ ਨੂੰ ਵਿਚਾਰਨ ਦੀ, ਅਤੇ ਜਿਹੜੀ ਤੁਸੀਂ ਗੱਲ ਕੀਤੀ ਅਕਾਦਮਿਕ ਰੂਪ ਦੇ ਵਿੱਚ ਪਹਿਰੇਦਾਰੀ ਕਰਨ ਦੀ ਲੋੜ ਹੈ, ਅਸੀਂ ਉਹ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਆਪ ਵੀ ਲੈ ਕੇ ਆ ਸਕੀਏ, ਅਤੇ ਆਪਣੇ ਵਿਦਿਆਰਥੀ ਅਤੇ ਸਾਡੇ ਨਾਲ ਜੁੜੇ ਹੋਏ ਜਿੰਨੇ ਵੀ ਲੋਕ ਹਨ ਉਹਨਾਂ ਤੱਕ ਅਸੀਂ ਤੁਹਾਡਾ ਸੁਨੇਹਾ ਪਹੁੰਚਾ ਸਕੀਏ। ਜਿਸ ਤਰ੍ਹਾਂ ਤੁਸੀਂ ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਵਿੱਚ ਕਿਹਾ ਸਰ ਕਿ ਪੱਛਮਵਾਦ ਦੇ ਵਿੱਚ ਭਿੱਜੇ ਹੋਏ ਸਾਡਾ ਜਿਹੜਾ ਆਧੁਨਿਕ ਦ੍ਰਿਸ਼ਟੀਕੋਣ ਹੈ, ਜਿਹੜਾ ਇੱਕ ਕਨਫਲਿਕਟ ਦੇ ਵਿੱਚ ਫਸਿਆ ਹੋਇਆ, ਉਹਦੇ ਵਿੱਚੋਂ ਬਾਹਰ ਨਿਕਲਣ ਲਈ ਸਾਡੇ ਕੋਲ ਇੱਕ ਆਲਰੇਡੀ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤਾ ਮਾਡਲ ਹੈ ਸਾਡੇ ਕੋਲ, ਸਿਰਫ ਲੋੜ ਹੈ
ਤਾਂ ਉਸ ਸ਼ਬਦ ਗੁਰੂ ਨੂੰ ਆਪਣਾ ਗੁਰੂ ਮੰਨਣ ਦੀ, ਆਪਣਾ ਗਾਈਡ ਮੰਨਣ ਦੀ, ਉਹ ਇੱਕ ਇਨਫੋਲੇਬਲ, ਜਿਵੇਂ ਸਰ ਨੇ ਐਕਸਪਲੇਨ ਕੀਤਾ, ਐਕਸਪ੍ਰੈਸ ਕੀਤਾ, ਇੱਕ ਇਨਫੋਲੇਬਲ ਗੁਰੂ ਹੈ ਜਿਹਦੇ ਨਾਲ ਜੁੜ ਕੇ ਅਸੀਂ ਸਮਾਜ ਦੇ ਹਰ ਕੌਨਫਲਿਕਟ ਦੇ ਵਿੱਚੋਂ, ਜੀਵਨ ਦੀ ਹਰ ਨਾਵ ਦੇ ਵਿੱਚੋਂ ਬਹੁਤ ਹੀ ਸਹਿਜਤਾ ਨਾਲ ਪਾਰ ਕਰ ਜਾਵਾਂਗੇ। ਥੈਂਕ ਯੂ ਸੋ ਮੱਚ ਸਰ, ਤੁਹਾਡੇ ਵਿਚਾਰ ਅਸੀਂ ਹਮੇਸ਼ਾ ਆਪਣੇ ਲੜ ਬੰਨੀ ਰੱਖਾਂਗੇ ਅਤੇ ਕੋਸ਼ਿਸ਼ ਕਰਾਂਗੇ ਕਿ ਆਪਣੇ ਜੀਵਨ ਵਿੱਚ ਇਹਨਾਂ ਨੂੰ ਢਾਲ ਸਕੀਏ। ਥੈਂਕ ਯੂ ਸੋ ਮੱਚ। ਹਾਂਜੀ ਹਾਂਜੀ, ਥੈਂਕ ਯੂ ਸਰ। ਬਹੁਤ ਹੀ ਉੱਘੇ ਵਿਦਵਾਨ ਡਾਕਟਰ ਬਲਕਾਰ ਸਿੰਘ ਜੀ ਅੱਜ ਸਾਡੇ ਨਾਲ ਜੁੜੇ ਹੋਏ ਹਨ, ਅਸੀਂ ਬਹੁਤ ਧੰਨਵਾਦੀ ਹਾਂ। ਅਤੇ ਮੈਂ ਹੁਣ ਗੁਜ਼ਾਰਿਸ਼ ਕਰਦੀ ਹਾਂ ਡਾਕਟਰ ਅਮਿਤੋਜ ਸਿੰਘ, ਐਸੋਸੀਏਟ ਪ੍ਰੋਫੈਸਰ ਕੰਪਿਊਟਰ ਸਾਇੰਸਿਸ, ਜੋ ਕਿ ਸਾਡੇ ਨਾਲ ਹਨ, ਕਿ ਉਹ ਧੰਨਵਾਦ ਦੇ ਸ਼ਬਦ ਸਾਡੇ ਨਾਲ ਸਾਂਝੇ ਕਰਨ। ਡਾਕਟਰ ਅਮਿਤੋਜ, ਪਲੀਜ਼। ਧੰਨਵਾਦ ਡਾਕਟਰ ਗੁਲੀਨ। ਐਮ ਆਡਬਲ ਸਰ? ਪਲੀਜ਼, ਯੈਸ ਯੂ ਆਰ ਕਲੀਅਰਲੀ ਆਡਬਲ ਟੂ ਅਸ, ਥੈਂਕ ਯੂ। ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ 7 ਰੋਜ਼ਾ ਲੈਕਚਰ ਸੀਰੀਜ਼ ਦਾ ਚੌਥਾ ਵਿਖਿਆਨ ਅੱਜ ਕਰਵਾਇਆ ਗਿਆ। ਮੈਂ ਯੂਨੀਵਰਸਿਟੀ ਵੱਲੋਂ ਅੱਜ ਦੇ ਮੁੱਖ ਵਕਤਾ ਜੀ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸਾਡੇ ਨੂੰ ਗੁਰੂ ਨਾਨਕ ਅਤੇ ਗੁਰੂ ਸ਼ਬਦ ਨਾਲ ਜੋੜਿਆ। ਮੈਂ ਉਮੀਦ ਕਰਦਾ ਹਾਂ ਕਿ ਸਾਡੇ ਸਰੋਤੇ ਆਪ ਜੀ ਦੇ ਵਿਚਾਰਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਗੇ। ਅਸੀਂ ਸਾਡੇ ਵਾਈਸ ਚਾਂਸਲਰ ਸਾਹਿਬ ਪ੍ਰੋਫੈਸਰ ਡਾਕਟਰ ਕਰਮਜੀਤ ਸਿੰਘ ਜੀ ਦੇ ਵੀ ਧੰਨਵਾਦੀ ਹਾਂ, ਜਿਨ੍ਹਾਂ ਦੀ ਰਹਿਨੁਮਾਈ ਹੇਠ ਇਹ ਪ੍ਰੋਗਰਾਮ ਲਿਖਿਆ ਗਿਆ ਹੈ। ਮੈਂ ਧੰਨਵਾਦੀ ਹਾਂ ਡਾਕਟਰ ਗੁਲੀਨ ਆਲੂਵਾਲੀਆ ਜੀ ਦਾ, ਜਿਨ੍ਹਾਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਪ੍ਰੋਗਰਾਮ ਦਾ ਸੰਚਾਲਨ ਕੀਤਾ। ਮੈਂ ਸਾਡੇ ਰਜਿਸਟਰਾਰ ਸਾਹਿਬ ਡਾਕਟਰ ਧਰਮ ਸਿੰਘ ਜੀ, ਡੀਨ ਅਕਾਦਮਿਕ ਮਾਮਲੇ ਡਾਕਟਰ ਅਨੀਤਾ ਗਿੱਲ ਜੀ, ਡਾਇਰੈਕਟਰ ਪਲੈਨਿੰਗ ਐਂਡ ਮੋਨੀਟਰਿੰਗ ਡਾਕਟਰ ਗੁਰਦੀਪ ਸਿੰਘ ਜੀ ਪਤਰਾ, ਕੰਟਰੋਲਰ ਐਗਜ਼ਾਮੀਨੇਸ਼ਨ ਡਾਕਟਰ ਲਖਵਿੰਦਰ ਸਿੰਘ ਜੀ ਬੇਦੀ, ਸਾਰੇ ਅਧਿਆਪਕ ਸਾਥੀਆਂ ਅਤੇ ਸਟਾਫ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ। ਇਸ ਦੇ ਨਾਲ ਹੀ ਮੈਂ ਸਾਡੇ ਨਾਲ ਜੁੜੇ ਹੋਏ, ਆਨਲਾਈਨ ਜੁੜੇ ਹੋਏ ਸਾਰੇ ਸਰੋਤਿਆਂ ਦਾ ਧੰਨਵਾਦ ਕਰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਹ ਇਸੇ ਤਰ੍ਹਾਂ ਕੱਲ੍ਹ ਵੀ ਸਾਡੇ ਨਾਲ ਜੁੜਨਗੇ ਅਤੇ ਉੱਘੇ ਵਿਦਵਾਨਾਂ ਵੱਲੋਂ ਵਿਚਾਰ ਸੁਣਨਗੇ। ਅੰਤ ਵਿੱਚ ਮੈਂ ਇਸ ਪ੍ਰੋਗਰਾਮ ਦੀ ਸਲਾਹਕਾਰ ਕਮੇਟੀ ਅਤੇ ਕੋਆਰਡੀਨੇਟਰ ਡਾਕਟਰ ਅਮਰਜੀਤ ਸਿੰਘ ਅਤੇ ਸਰਦਾਰ ਸੁਖਦੇਵ ਸਿੰਘ ਜੀ ਦਾ ਵੀ ਧੰਨਵਾਦ ਕਰਕੇ ਆਪਣਾ ਵੋਟ ਆਫ ਥੈਂਕਸ ਇੱਥੇ ਸਮਾਪਤ ਕਰਦਾ ਹਾਂ। ਥੈਂਕ ਯੂ, ਧੰਨਵਾਦ। ਥੈਂਕ ਯੂ ਡਾਕਟਰ ਅਮਿਤੋਜ। ਅਸੀਂ ਸਮਾਗਮ ਦੇ ਆਖਰੀ ਪੜਾਅ ਵਿੱਚ ਪਹੁੰਚ ਚੁੱਕੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਸਮਾਗਮ ਨੂੰ ਖਤਮ ਕਰੀਏ, ਮੈਂ ਡਾਕਟਰ ਬਲਕਾਰ ਸਿੰਘ ਜੀ ਕੋਲ ਇੱਕ ਗੁਜ਼ਾਰਿਸ਼ ਕਰਾਂਗੀ ਕਿ ਸਰ, ਸਾਡੇ ਕੋਲ ਇੱਕ ਸਵਾਲ ਆਇਆ ਹੈ, ਡਾਕਟਰ ਵਿਨੋਦ ਜੀ ਨੇ ਪੁੱਛਿਆ ਹੈ। ਉਹ ਪੁੱਛਦੇ ਹਨ, ਨਾਨਕ ਬਿਲੋਂਗਸ ਟੂ ਐਵਰੀ ਵਨ, ਵਾਈ ਕਾਂਟ ਵੀ ਮੇਕ ਇਟ ਈਜ਼ੀ ਫਾਰ ਐਵਰੀ ਵਨ ਟੂ ਰੀਡ ਗੁਰੂ ਗ੍ਰੰਥ ਸਾਹਿਬ ਜੀ ਵਿਦਆਊਟ ਮੱਚ ਰਿਚੁਅਲਸ ਐਂਡ ਰਿਸਟ੍ਰਿਕਸ਼ਨਸ? ਸਰ, ਅਸੀਂ ਬਹੁਤ ਧੰਨਵਾਦੀ ਹੋਵਾਂਗੇ ਜੇ ਤੁਸੀਂ ਇਹਨਾਂ ਦੇ ਗੱਲ ਦਾ ਜਵਾਬ ਦੇ ਸਕੋਗੇ। ਦੇਖੋ ਬੇਟਾ, ਇਟ ਇਜ਼ ਆਲਰੇਡੀ ਅਵੇਲ ਆਫ ਐਵਰੀਬਡੀ। ਅਸੀਂ ਅੱਡ ਅੱਡ ਲੈਂਗੁਏਜ ਵਿੱਚ ਉਹਨਾਂ ਨੂੰ ਕਰ ਦਿੱਤਾ ਹੈ, ਜਿਹੜਾ ਫਰੈਂਚ ਵਿੱਚ ਹੋ ਚੁੱਕਿਆ ਹੋਇਆ, ਮਤਲਬ ਹੋਰ ਲੈਂਗੁਏਜ ਪਰਸ਼ੀਅਨ 'ਚ ਹੋ ਚੁੱਕਿਆ ਹੋਇਆ, ਮਤਲਬ ਲੋਕ ਪੜ੍ਹਦੇ ਨੇ ਆਪਣੇ ਹਿਸਾਬ ਨਾਲ। ਇਹ ਠੀਕ ਹੈ, ਲੈਂਗੁਏਜ ਬੈਰੀਅਰ ਜਿਹੜਾ ਹੈ ਉਹਦਾ, ਜਿਹੜਾ ਇੱਕ ਗੱਲ ਕਹਿੰਦੇ ਨਾ ਵੀ ਅਸੀਂ ਓਪਨ ਕਰ ਕਿਉਂ ਨਹੀਂ ਕਰਦੇ, ਇੱਕ ਸਾਡੀ ਪ੍ਰੀਸਲੀ ਕਲਾਸ ਨੇ ਥੋੜ੍ਹਾ ਜਿਹਾ ਅਕੈਡੈਮਿਕਸ ਦਾ ਰਾਹ ਰੋਕਿਆ ਹੋਇਆ ਅਕੈਡੈਮਿਕਲੀ, ਪਰ ਉਹਦੇ ਵਾਸਤੇ ਹੀ 4 ਪੋਥੀਆਂ ਛਾਪੀਆਂ ਨੇ SAPC ਵਾਲੀਆਂ, ਉਹ ਆਪਣੇ ਘਰ ਰੱਖੋ ਅਤੇ ਪੜ੍ਹੋ। ਮੈਂ ਤੁਹਾਨੂੰ ਇਹ ਕਹਿੰਦਾ ਕਿ ਅਸੀਂ ਜਦੋਂ ਦੋਸਤ ਸੀਗੇ, ਅਸੀਂ ਜਦੋਂ ਯੰਗ ਏਜ 'ਚ ਲੱਗ ਰਹੇ ਸੀ ਤੁਹਾਡੇ ਵਾਂਗੂ ਯੂਨੀਵਰਸਿਟੀ ਵਿੱਚ ਸੀਗੇ, ਤਾਂ ਉਦੋਂ ਇੱਕ ਦੂਜੇ ਨੂੰ ਮਤਲਬ ਲੈਗ ਪੁਲਿੰਗ ਜਦੋਂ ਕਰਨੀ ਹੁੰਦੀ ਸੀ, ਉਦੋਂ ਇੱਕ ਮਤਲਬ ਜੋਗਿੰਦਰ ਕੌਸ਼ਲ ਹੁੰਦੇ ਸੀ, ਬਹੁਤ ਸਾਡੇ ਯਾਰ ਸਿੰਘ ਲੈ ਸੀ ਜੋ ਪ੍ਰੋਫੈਸਰ ਸਨ, ਅਤੇ ਉਹ ਇਹ ਕਹਿੰਦੇ ਹੁੰਦੇ ਸੀ ਕਿ ਬਲਕਾਰ ਤੈਨੂੰ ਫਸਾਉਣਾ ਕੀ ਔਖਾ। ਮੈਂ ਕਹਿੰਦਾ ਮਤਲਬ ਇਹ ਖਬਰ ਦੇ ਦੇਣਾ ਵੀ ਤੂੰ ਜੁੱਤੀ ਪਾ ਕੇ ਸਰਚ ਕਰ ਲਿਆ ਸੀ ਗੁਰੂ ਗ੍ਰੰਥ ਸਾਹਿਬ 'ਤੇ, ਆਪੇ ਤੈਨੂੰ ਫੜ ਲੈਣਗੇ। ਅਤੇ ਮੈਂ ਕਿਹਾ ਬਿਲਕੁਲ ਫੜ ਲੈਣਗੇ, ਪਰ ਪੰਡਿਤ ਜੀ ਇਹ ਧਿਆਨ ਰੱਖਿਓ ਵੀ ਮੈਂ ਉਹਨੂੰ ਐਕਸਪਲੇਨ ਕਰ ਲੂੰਗਾ। ਕਿਸੇ ਨੂੰ ਕੋਈ ਨਹੀਂ ਰੋਕਿਆ ਹੈ, ਪਰ ਇੱਕ ਗੁਰਦੁਆਰੇ ਦੀ ਮਰਿਆਦਾ ਹੈ, ਇਹ ਵਰਲਡ ਓਵਰ ਚੱਲ ਰਹੀ ਹੈ। ਅਸੀਂ ਜਦੋਂ ਭਾਈ ਮਨਜੀਤ ਸਿੰਘ ਅਕਾਲ ਤਖ਼ਤ ਜਥੇਦਾਰ ਸੀ ਅਤੇ ਮੈਂ ਉਹਨਾਂ ਦੇ ਨਾਲ ਹੁੰਦਾ ਸੀ, ਚਲੋ ਬਾਹਰ ਜਾਂਦੇ ਸੀਗੇ, ਅਤੇ ਉੱਥੇ ਸਵਾਲ ਆਉਂਦਾ ਸੀ ਵੀ ਗੁਰਦੁਆਰੇ ਬਣਾਏ ਤਾਂ ਮੋਨਿਆਂ ਨੇ, ਅਤੇ ਇਹਨਾਂ ਦੇ ਹੁਣ ਮਤਲਬ ਮੋਨਿਆਂ ਦਾ ਤੁਸੀਂ ਅਧਿਕਾਰ ਕਿਉਂ ਖੋਈ ਜਾਂਦੇ ਹੋ? ਅਤੇ ਅਸੀਂ ਉਹਨਾਂ ਨੂੰ ਕਹਿੰਦੇ ਸੀ ਵੀ ਤੁਸੀਂ ਹਰ ਸਿੱਖ ਨੂੰ ਗੁਰੂ ਦੇ ਵਾਸਤੇ ਕੁਝ ਵੀ ਕਰਨ ਦਾ ਅਧਿਕਾਰ ਹੈ, ਪਰ ਜਿਹੜੀ ਮਰਿਆਦਾ ਹੈ ਗੁਰੂ ਗ੍ਰੰਥ ਸਾਹਿਬ ਦੀ, ਗੁਰਦੁਆਰੇ ਦੀ, ਉਹ ਸਾਕੇਸ਼ ਵਾਸਤੇ ਹੈ, ਉਹ ਮਰਿਆਦਾ ਵਿੱਚ ਰਹਿਣਾ ਚਾਹੀਦਾ। ਅਸੀਂ ਉਹ ਮਰਿਆਦਾ ਸਾਕੇਸ਼ ਦੀ ਹੈ, ਉਹ ਮਤਲਬ ਜਿੱਥੇ ਕਿਤੇ ਅੰਮ੍ਰਿਤਧਾਰੀ ਦੀ ਲੱਗਦੀ ਹੈ, ਲੱਗਦੀਆਂ ਨੇ ਮਰਿਆਦਾ ਲੱਗਦੀਆਂ, ਮੈਨੂੰ ਪਤਾ। ਮਰਿਆਦਾ ਦੇ ਰਾਹੀਂ ਅਸੀਂ ਕੀਰਤਨ ਵਾਲਿਆਂ ਨੂੰ ਬੰਦ ਕੀਤਾ, ਮਰਿਆਦਾ ਦੇ ਰਾਹੀਂ ਅਸੀਂ ਹੋਰ ਵੀ ਗੱਲਾਂ ਕੀਤੀਆਂ ਨੇ, ਉਹ ਉਹਨਾਂ ਦਾ ਸਾਨੂੰ ਉਹ ਤਾਂ ਉਹਦੇ ਵਾਸਤੇ ਮੇਰੀ ਜਸਟੀਫਿਕੇਸ਼ਨ ਇੰਨੀ ਹੈ।
कि जिहड़ी गल वास्ते जिहड़ी गल असीं आप कर सकदे हो बाहरों नहीं करवाउंदे। तुसीं बाहरों तो उसे सर्विस लाओगे ना जिहड़ी तुसीं आप नहीं कर सकते तो वह बाहरों लै लोगे। तो हुण आउटसोर्सिंग जिहड़ी है आउटसोर्सिंग सिखां सिख जिहड़ा इंस्टीट्यूशन है उन्होंने घटती 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 जा रही है। उह अगे कई बार चुभन लग जाती है, गल कुछ भी नहीं है। सिख धर्म ने अपना कले कोई दरवाजा बंद नहीं किया जो मतलब किसी भी एंगल तो, पर जो प्रोफेसर कह रहे हैं पूछ रहे हैं तो मैं उन्होंने यही कहाँगा कि वह पर्टिकुलर गल सामने लियाओ जितों बाणी नालों तोड़न बाणी नाल रोकन की गल की। हुण जे कोई ये कहे भी गुर जिहड़ा मतलब लंगे सिर जा सकता गुरुद्वारे, वह गुरुद्वारे की मर्यादा है, वो इंटरफेरेंस नहीं होनी चाहिए, उत्थे रखी हुई है कम्यूनिटी का अपना ही है। असी हरिमंदर साहब की मर्यादा इन्नी है कि सिर ढक के बंदे ने जाना, बस नंगे पैर जाना, दो ही गल्लां ने। तीजी गल तो उत्थे लागू नहीं हुई। हुण दो गल्लां जिहड़ियां ने असी रिस्पैक्ट की गरंटी के तौर पर शुरू की हुई ने, इन्हां कंप्रोमाइज इस करके नहीं किया सकता कि जिहड़े वारस ने जिहड़ी वारस कम्यूनिटी है वो एक सेंटीमेंट्स भी उहदे नाल जुड़े हुए हैं। हुण तो खैर सरकार ने बहुत कुछ करता है कि जिहड़ा मर्जी जाके तुसीं कह दिओ कि मेरे सेंटीमेंट हल्ट होए ने ते होर दे मुकदमा हो जाएगा। सिखां विच इहो जी गल है नहीं, करनी भी नहीं चाहिए, जे कोई करता तो गलत करता मेरे बताओ। ठीक है जी, थैंक यू, थैंक यू। हाँ जी, थैंक यू सर। हाँ जी, असीं उम्मीद करते हैं कि विनोद जी नूं उन्हां दी गल दा जवाब मिल गया, उन्हां दी तरफ तों धन्नवाद भी आ गया थोड़े लई सर। थैंक यू सो मच। हाँ जी हाँ जी हाँ जी, थैंक यू बेटा। हाँ जी हाँ जी, थैंक यू सर, सत श्री अकाल, तुहाडा बहुत बहुत धन्नवाद साडे नाल जुड़न लई। हाँ जी, अते कल असीं इसी समय ते 12 बजे फिर दोबारा 5वें विख्यान लई सब एकत्रित होवांगे। अते मैं सारिआं नूं गुजारिश करदी हां कि कल साडे मुख वक्ता वजों जिहड़े मुख बुलारे होणगे साडे होणगे मनमोहन सिंह जी, IPS चंडीगढ़। तो मैं सारिआं नूं सद्दा दिंदी हां कि तुसीं सारे साडे नाल इसे समय 12 बजे तो 1 बजे तक शामिल हो के उन्हां दे बचनां दा उन्हां दे मुल विचारां दा आनंद माणो। थैंक यू सो मच, थैंक यू विनती।